ਸਤ ਸੰਗਤ ਇੱਕ ਛਿਨ ਇੱਕ ਅੱਖੀ ਚਮਕਣ ਜਿੰਨਾ ਸਮਾਂ ਸਾਡੀ ਸੁਰਤ ਗੁਰਸ਼ਬਦ ਨਾਲੋਂ ਨਾ ਟੁੱਟੇ, ਸਾਡੀ ਸੁਰਤ ਸਾਹਿਬਜ਼ਾਦਿਆਂ ਦੀ ਕਰਨੀ ਨਾਲੋਂ ਨਾ ਟੁੱਟੇ, ਸਾਡੀ ਸੁਰਤ ਜੁੜੇ ਇਸ ਕਾਲ ਕੋਠੜੀ ਵਿੱਚੋਂ ਜਿਹੜੀ ਇਸ ਵੇਲੇ ਜਦੋਂ ਤੁਸੀਂ ਬੈਠੇ ਹੋ, ਐਸੇ ਵੇਲੇ ਇਸ ਕਾਲ ਕੋਠੜੀ 'ਚੋਂ ਜਿਹੜੀ ਆਵਾਜ਼ ਆਉਂਦੀ ਸੀ ਉਹ ਅੱਜ ਵੀ ਆ ਰਹੀ ਹੈ। ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਮਨ ਜੋੜਿਓ। ਰੁੱਖ ਰੂੜੀਆਂ ਦੇ ਕਿਨਾਰੇ 'ਤੇ ਉੱਗ ਜਾਂਦੇ ਆ ਅਤੇ ਰੂੜੀਆਂ ਵਿੱਚ ਇੱਕ ਵੇਲ ਉੱਗਦੀ ਹੈ ਟੋਇਆਂ ਹੱਡਿਆਂ। ਸਿੱਖ ਅਤੇ ਗੁਰੂ ਦੀ ਪ੍ਰੀਤ ਕਿਸ ਤਰ੍ਹਾਂ ਦੀ ਹੈ? ਸਿੱਖ ਕਹਿੰਦੇ ਮਹਾਰਾਜ ਅਸੀਂ ਇੱਥੇ ਹਾਂ, ਤੁਸੀਂ ਜਾਓ। ਮੈਂ ਕਹਿੰਦਾ ਧੰਨ ਉਹ ਸਿੱਖ ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਪੰਥ ਜੀ, ਮੇਰਾ ਤੁਹਾਡੇ ਚਰਨਾਂ 'ਚ ਵਾਸਤਾ ਹੈ ਆਪਣੇ ਪਿੰਡਾਂ 'ਚੋਂ ਨਾ, ਜੇ ਸੱਚੀ ਮੁੱਚੀ ਕੁਝ ਇੱਕ ਲੈ ਕੇ ਜਾਣਾ ਹੈ ਬਾਬਿਆਂ ਦੀ ਸ਼ਹੀਦੀ, ਤੁਹਾਡੇ ਅੰਦਰ ਕੋਈ ਜਾਦੂ ਵਰਤਾਉਂਦੀ ਹੈ, ਕੋਈ ਲਰਜਦਾ ਅੰਦਰ, ਇੱਕ ਵਾਅਦਾ ਕਰਕੇ ਜਾਓ ਬਾਬਿਆਂ ਦੇ ਚਰਨਾਂ 'ਚ ਬਹਿ ਕੇ ਕਿ ਆਪਣੇ ਪਿੰਡਾਂ ਵਿੱਚੋਂ ਜਾਤ ਪਾਤ ਖਤਮ ਕਰੋਗੇ, ਜਿਹੜੀ ਕੌਮ ਨੂੰ ਬਹੁਤ ਕਮਜ਼ੋਰ ਕਰਨ ਵਾਸਤੇ ਹਥਿਆਰ ਬਣਾ ਕੇ ਵਰਤੀ ਜਾ ਰਹੀ। ਇਹ ਹਥਿਆਰ ਨੇ, ਇਹਨਾਂ ਦਾ ਜਵਾਬ ਤੁਹਾਨੂੰ ਦੇਣਾ ਪੈਣਾ ਜੜਾਂ ਵੱਢਣ ਵਾਸਤੇ ਨਾ ਤੁਹਾਡੀਆਂ, ਕਿਉਂਕਿ ਗੱਲ ਜਦੋਂ ਅਸੀਂ ਅੱਜ ਸਿੱਖਾਂ ਦੀ ਕਰਨੀ ਨਾ, ਭਾਈ ਭੁਪਿੰਦਰ ਸਿੰਘ ਜੀ ਕਰ ਰਹੇ ਸੀ, ਸਿੱਖ ਨੂੰ ਨਹੀਂ ਗੁਲਾਮ ਬਣਾਉਣਾ, ਸਿੱਖੀ ਨੂੰ ਗੁਲਾਮ ਬਣਾਉਣਾ। ਸਿੱਖ ਨੂੰ ਨਹੀਂ ਮਾਰਨਾ, ਸਿੱਖੀ ਨੂੰ ਮਾਰਨਾ। ਸਿੱਖੀ ਕੀ ਹੈ? ਵਿਚਾਰ, ਤੇ ਵਿਚਾਰ ਅਪਣਾਉਣ ਵਾਲਾ ਕੀ ਹੈ? ਸਿੱਖ। ਸਮਝ ਰਹੇ ਨਾ ਜੀ? ਸਿੱਖੀ ਹੈ ਵਿਚਾਰ ਤੇ ਵਿਚਾਰ ਅਪਣਾਉਣ ਵਾਲਾ ਸਿੱਖ। ਇਸ ਵਾਸਤੇ ਸਿੱਖ ਨਹੀਂ ਮਾਰਨਾ, ਸਿੱਖੀ ਮਾਰਨੀ ਹੈ। ਸਿੱਖ ਮਾਰਨ ਵਾਸਤੇ ਕੀ ਚਾਹੀਦਾ? ਜੇ ਸਿੱਖ ਮਾਰਨਾ ਹੋਵੇ ਤੇ ਹਕੂਮਤ ਨੂੰ ਕੀ ਚਾਹੀਦਾ ਜੀ? ਹਥਿਆਰ। ਪਰ ਜੇ ਸਿੱਖੀ ਮਾਰਨੀ ਹੈ ਤੇ ਫਿਰ ਪੁੱਠੇ ਵਿਚਾਰ। ਗੁਰਮਤ ਤੋਂ ਵਿਪਰੀਤ ਵਿਚਾਰ ਜਿੱਦਣ ਸਾਡੀਆਂ ਜੜ੍ਹਾਂ 'ਚ ਬਹਿ ਗਏ, ਉਦਣ ਸਿੱਖ ਮਾਰਨ ਦੀ ਲੋੜ ਨਹੀਂ ਪੈਣੀ, ਨਾ ਸਿੱਖ ਜੇਲ੍ਹਾਂ 'ਚ ਡੱਕਣ ਦੀ ਲੋੜ ਪੈਣੀ ਹੈ, ਉਦਣ ਸਿੱਖੀ ਮਰ ਜਾਣੀ ਹੈ। ਤੇ ਜੇ ਤੁਸੀਂ ਚੈਲੰਜ ਕਬੂਲਦੇ ਹੋ ਤੇ ਤੁਸੀਂ ਅੱਜ ਵਾਅਦਾ ਕਰਕੇ ਜਾਓ ਕਿ ਸਿੱਖ ਮਰ ਜਾਏਗਾ, ਮੈਂ ਮਰ ਜਾਂਗਾ, ਪਰ ਵਿਚਾਰ ਨਹੀਂ ਮਰਨ ਦਿਆਂਗਾ, ਸਿੱਖੀ ਨਹੀਂ ਮਰਨ ਦਿਆਂਗਾ। ਸਤਿ ਸ੍ਰੀ ਅਕਾਲ। ਆ ਚੈਲੰਜ ਹੈ ਅੱਜ ਸਾਡੇ ਵਾਸਤੇ, ਅੱਜ ਚੈਲੰਜ ਹੈ ਗੁਰਮੁਖੋ, ਕਬੂਲੋ ਚੈਲੰਜ ਨੂੰ ਤੇ ਵਾਅਦਾ ਕਰਕੇ ਜਾਓ ਕਿ ਆ ਸਿੱਖ ਮਰ ਸਕਦਾ ਪਰ ਸਿੱਖੀ ਨਹੀਂ ਮਰਨ ਦੇਣੀ। ਮਤਲਬ ਮੇਰਾ ਸਰੀਰ ਮਰ ਸਕਦਾ ਪਰ ਵਿਚਾਰ ਨਹੀਂ ਮਰਨ ਦੇਣੀ। ਵਿਚਾਰ ਨੂੰ ਖੋਰਾ ਲੱਗ ਗਿਆ ਸਾਡੇ ਪਿੰਡਾਂ ਵਿੱਚ, ਗੁਰਦੁਆਰਿਆਂ ਦੀ ਗੱਲ ਛੱਡੋ, ਮੜੀਆਂ ਵੀ ਵੱਖਰੀਆਂ ਬਣ ਗਈਆਂ, ਉੱਥੇ ਮੁਰਦੇ ਵੀ ਲੜ ਪੈਂਦੇ ਆ ਜੀ ਸਾਡੇ, ਹੱਦ ਹੋ ਗਈ ਸਾਡੀ। ਕਿਹੜਾ ਮੂੰਹ ਦਿਖਾਵਾਂਗੇ ਇੱਕ ਬਾਟੇ 'ਚ ਅੰਮ੍ਰਿਤ ਛਕਾਉਣ ਵਾਲੇ ਨੂੰ? ਕਿਹੜਾ ਮੂੰਹ ਦਿਖਾਵਾਂਗੇ ਜਿਹੜਾ ਕਹਿੰਦਾ ਨਾਨਕ ਤਿਨਕੈ ਸੰਗ ਸਾਥ? ਔਰ ਕੌਣ ਕਰ ਰਿਹਾ ਇਹ? ਦੁਸ਼ਮਣ ਤੁਸੀਂ ਪਛਾਣਨੇ। ਅੱਜ ਮਾਫੀ ਮੰਗ ਕੇ ਕਹਿੰਦਾ, ਜਿਹਨਾਂ ਨੂੰ ਬ੍ਰਹਮ ਗਿਆਨੀਆਂ ਦੇ ਅੱਡੇ ਕਹਿੰਦੇ, ਉੱਥੇ ਲਿਖੇ ਹੋਏ ਮੈਂ ਆਪਣੇ ਅੱਖਾਂ ਨਾਲ ਵੇਖਿਆ ਕਿ ਨੀਵੀਂ ਜਾਤ ਵਾਲਾ ਬਰਤਨ ਨਹੀਂ ਲੈ ਸਕਦਾ ਇੱਥੋਂ, ਤੇ ਪੌਣੀ ਪੌਣੀ ਕੌਮ ਮੱਥੇ ਟੇਕੀ ਜਾ ਰਹੀ ਹੈ। ਪਛਾਣਦੇ ਕਿਉਂ ਨਹੀਂ ਕਿ ਸੱਜਣ ਨਹੀਂ ਹਨ ਉਹ ਕੌਮ ਦੇ? ਉਹ ਕੌਮ ਦੀਆਂ ਜੜ੍ਹਾਂ ਵੱਢਣ ਵਾਲੇ ਦੁਸ਼ਮਣ ਹਨ, ਚੁਣੌਤੀਆਂ ਪਛਾਣੋ। ਇਸ ਲਈ ਮੈਂ ਸਿਰ ਝੁਕਾ ਕੇ ਕਹਿੰਦਾ ਧੰਨ ਭਾਈ ਸੰਗਤ ਸਿੰਘ ਜੀ। ਸਾਰੇ ਆਖੋ ਧੰਨ।
ਜਾਈਏ, ਅਸੀਂ ਸੇਧ ਭਟਕ ਜਾਈਏ, ਤੇ ਫਿਰ ਸਾਡੇ ਕੋਲ ਇੱਕ ਸ਼ਕਤੀ ਹੈ ਅਰਦਾਸ। ਭਾਈ ਮਾਨ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨੇ ਗਲ ਪੱਲੇ ਪਾਏ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਅਸੀਂ ਭੁੱਲ ਗਏ ਹਾਂ, ਤੁਸੀਂ ਰਾਹ ਦੱਸੋ। ਮੇਰਾ ਗੁਰੂ ਕੀ ਕਰਦਾ ਜੀ, ਭੁੱਲੇ ਮਾਰਗ ਦੱਸਦਾ, ਤਾਂ ਕੀ ਹੋ ਗਿਆ ਮੈਂ ਭੁੱਲ ਗਿਆ, ਗਲਤੀਆਂ ਹੋ ਜਾਂਦੀਆਂ, ਛੱਡ ਦਿਓ ਚੋਰਾ, ਚਿੰਤਾ ਛੱਡ ਦਿਓ। ਨੌਜਵਾਨ ਵੀਰੋ, ਮੈਂ ਤੁਹਾਨੂੰ ਬੇਨਤੀ ਕਰਦਾ, ਕੱਲ ਤੱਕ ਅਸੀਂ ਕੀ ਸੀ ਛੱਡ ਦਿਓ, ਇੱਕ ਸੈਕਿੰਡ ਪਹਿਲਾਂ ਕੀ ਸੀ ਛੱਡ ਦਿਓ, ਭੁੱਲ ਜਾਓ। ਗੁਰੂ ਕੀ ਕਰੇਗਾ, ਜਦੋਂ ਗੁਰੂ ਆਪਣਾ ਫਰਮਾਨ ਜਾਰੀ ਕਰੇਗਾ ਨਾ, ਤੇ ਸਿਰਫ ਇਹ ਨਹੀਂ ਕਹੇਗਾ ਵੀ ਤੁਸੀਂ ਮੇਰੇ ਕੋਲ ਕਿਉਂ ਆ ਗਏ ਹੋ ਗੁਨਾਹ ਲੈ ਕੇ, ਨਹੀਂ, ਉਹ ਆਪਣੇ ਬਚਨ ਨਾਲ ਨਿਵਾਜਦਿਆਂ ਸਿਰ ਤੇ ਹੱਥ ਰੱਖੇਗਾ, ਤੇ ਜਦੋਂ ਤੁਹਾਡੇ ਸਿਰ ਤੇ ਮੇਰੇ ਵੀਰੋ ਹੱਥ ਰੱਖੇਗਾ ਨਾ, ਯਕੀਨ ਕਰਿਓ ਜਿਹੜੇ ਸਿਰ ਤੇ ਕੱਲ ਨਾਈ ਦਾ ਹੱਥ ਫਿਰਦਾ ਸੀ, ਜਦੋਂ ਗੁਰੂ ਦਾ ਹੱਥ ਆ ਗਿਆ, ਉਹ ਸਿਰ ਗੁਰੂ ਦਾ ਹੋ ਜਾਏਗਾ। ਕਰ ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਬੁਰਿਆਈਆਂ ਕੱਢ ਦੇਣੀਆਂ ਤੇਰੀਆਂ ਉਹਨੇ, ਚਿੰਤਾ ਨਾ ਕਰ। ਸਾਰੇ ਮੈਨੂੰ ਬੁਰਾ ਕਹਿੰਦੇ ਆ, ਮਯੂਸ ਨਾ ਹੋ, ਸਾਰੇ ਮੈਨੂੰ ਨਫ਼ਰਤ ਕਰਦੇ ਆ, ਉਦਾਸ ਨਾ ਹੋ। ਗੁਰੂ ਗੋਬਿੰਦ ਸਿੰਘ ਨਫ਼ਰਤ ਨਹੀਂ ਕਰਨਗੇ, ਉਹ ਤੈਨੂੰ ਗਲਵੱਕੜੀ 'ਚ ਲਾ ਕੇ ਲੈ ਕੇ ਕਹਿਣਗੇ, ਮੈਂ ਤੂੰ ਮੇਰਾ ਪੁੱਤਰ ਹੈ, ਤੂੰ ਮੇਰਾ ਲਾਡਲਾ ਹੈ, ਮੈਂ ਤੇਰੇ ਵਿੱਚੋਂ ਆਪਣਾ ਫਤਿਹ ਸਿੰਘ ਵੇਖਦਾ। ਉਹ ਪਿਆਰ ਕਰਦਾ ਸਤਸੰਗ। ਜਦੋਂ ਭੁੱਲ ਗਏ ਨਾ ਸਿੱਖ, ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਹੈ, ਇੱਕ ਇੱਕ ਕਦਮ ਦੇ ਉੱਤੇ ਸਮੁੰਦਰਾਂ ਤੋਂ ਗਹਿਰੀ ਸਿੱਖਿਆ ਹੈ, ਜੇ ਜਿੰਨੀ ਸੁਰਤ ਚੁੱਭੀ ਲਾਉਂਦੀ ਜਾਏਗੀ ਨਾ, ਗੱਲਾਂ ਉਹੀ ਨੇ ਗੁਰਮੁਖੋ। ਤੇ ਕਈ ਵਾਰੀ ਕੁਝ ਬੁਲਾਰੇ ਵੀਰ ਪੁੱਛਦੇ ਆ ਵੀ ਹਰ ਵਾਰੀ ਕਿਤਾਬ ਕਿਹੜੀ ਪੜ੍ਹਦੇ ਹੋ, ਮੈਂ ਗੁਰੂ ਦੀ ਹਜ਼ੂਰੀ 'ਚ ਦੱਸਦਾ, ਮੈਂ ਕੋਈ ਕਿਤਾਬ ਨਹੀਂ ਪੜ੍ਹਦਾ, ਤੇ ਨਾ ਇਹ ਕਿਤਾਬਾਂ ਵਿੱਚੋਂ ਜੋ ਇਹ, ਤੇ ਸਾਹਿਬ ਕਿਤੇ ਆਪ ਜਿੰਨਾ ਕੁ ਤਰਸ ਕਰੇ, ਜਿੰਨੀ ਕੁ ਝਲਕ ਦਿਖਾਏ, ਉਹਦਾ ਕਰਮ ਹੈ, ਆਪਣੀ ਕੋਈ ਔਕਾਤ ਨਹੀਂ। ਇਹ ਅਸਮਾਨੋਂ ਨਹੀਂ ਉਤਰਦਾ ਗਿਆਨ ਸਾਧ ਸੰਗਤ, ਔਰ ਸੱਚੀ ਬੁੱਚੀ ਮੈਨੂੰ ਇੱਦਾਂ ਲੱਗਦਾ ਕਿ ਇਹ ਸਾਖੀ ਸਿਰਫ ਇੱਕ ਘਟਨਾ ਨਹੀਂ ਹੈ, ਸਿਰਫ ਇੱਕ ਸਟੋਰੀ ਨਹੀਂ ਹੈ ਜਿਹੜੀ ਸੁਣ ਰਹੇ ਹਾਂ, ਇਹਦੇ ਤੋਂ ਅੰਦਰ ਬਹੁਤ ਕੁਝ ਛੁਪਿਆ ਹੋਇਆ, ਜੋ ਸਾਨੂੰ ਬਾਹਰ ਦਿਸ ਰਿਹਾ ਨਾ, ਉਹਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ। ਇਹ ਜਿਹੜੀਆਂ ਸਲਾਖਾਂ ਵੀ ਦਿਸ ਰਹੀਆਂ ਨਾ, ਇਹਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ। ਬਾਹਰੋਂ ਕਈ ਵਾਰੀ ਕੁਛ ਹੋਰ ਦਿਸਦਾ, ਛੋਟੀ ਚੀਜ਼ ਅਸੀਂ ਦੇਖਦੇ ਹਾਂ, ਪਰ ਜੇ ਕਿਤੇ ਸਾਨੂੰ ਚੁੱਭੀ ਲਾਉਣੀ ਆਏ, ਗੁਰੂ ਸਮਰੱਥਾ ਦੇਵੇ। ਸਿੱਖ ਅਰਦਾਸ ਕਰਦੇ ਵੀ ਹੁਣ ਤਾਰੇ ਛੁੱਪ ਗਏ ਆ, ਪੌ ਫਟਾਲਾ ਹੋ ਗਿਆ, ਊਸ਼ਾ ਦੀਆਂ ਕਿਰਨਾਂ, ਪ੍ਰਭਾਤ ਦੀਆਂ ਕਿਰਨਾਂ ਫੁੱਟਣ ਵਾਲੀਆਂ, ਹੁਣ ਕੀ ਕਰਾਂਗੇ, ਕਿੱਥੋਂ ਲੱਭੀਏ, ਰਾਹ ਭੁੱਲ ਗਏ ਹਾਂ, ਸੇਧ ਭੁੱਲ ਗਏ ਹਾਂ। ਮਹਾਰਾਜ ਸਾਨੂੰ ਰਾਹ ਦਿਖਾਓ। ਇਹ ਅਰਦਾਸ ਕਰਕੇ ਅੱਖਾਂ ਖੋਲੀਆਂ ਤੇ ਸੂਰਜ ਦੀ ਪਹਿਲੀ ਕਿਰਨ ਫੁੱਟੀ। ਉਹ ਕਿਰਨ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸੱਜੇ ਹੱਥ ਦੇ ਅੰਗੂਠੇ ਤੇ ਗੁਲ ਛਤਰਾਣ, ਜਿਹਦੇ ਨਾਲ ਮਹਾਰਾਜ ਐਂ ਖਿੱਚਦੇ ਸੀ ਨਾ, ਖੱਚਰ ਲੱਦੀ ਹੋਈ ਸੀ ਜਦੋਂ ਮਹਾਰਾਜ ਚਮਕੌਰ ਦੀ ਗੜੀ ਅੰਦਰ ਪਹੁੰਚੇ ਨਾ, ਤੇ ਖੱਚਰਾਂ ਲੱਦੀਆਂ ਹੋਈਆਂ ਸੀ ਤੀਰਾਂ ਦੀਆਂ। ਜੇ ਅੱਜ ਵੀ ਦਸ਼ਮੇਸ਼ ਜੀ ਦੇ ਤੀਰ ਵੇਖਣੇ ਨਾ, ਜਿਹਨਾਂ ਤੇ ਅਸੀਂ ਸੁਣਦੇ ਹਾਂ ਵੀ ਸੋਨਾ ਲੱਗਿਆ ਹੁੰਦਾ ਸੀ, ਸਿਰਫ ਸੁਣਨ ਦੀਆਂ ਗੱਲਾਂ ਨਹੀਂ ਹਨ, ਅੱਜ ਵੀ ਤੁਸੀਂ ਦਰਸ਼ਨ ਕਰਨੇ ਆ ਨਾ ਤੀਰ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧ ਦੇ ਅਧੀਨ ਹੀ ਗੁਰ ਅਸਥਾਨ ਹੈ ਕਪੂਰਗੜ੍ਹ ਸਾਹਿਬ, ਅਮਲੋਹ ਦੇ ਨੇੜੇ। ਉੱਥੇ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਦੇ ਸਾਜ ਵੀ ਹੈ,
ਜਿਨ੍ਹਾਂ ਨਾਲ ਗੁਰੂ ਸਾਹਿਬ ਕੀਰਤਨ ਕਰਦੇ ਹੁੰਦੇ ਸੀ, ਜਿਨ੍ਹਾਂ ਨਾਲ ਸਤਿਗੁਰ ਜੀ ਹਿਰਦੇ ਵਿੰਨਦੇ ਹੁੰਦੇ ਸੀ। ਜਦੋਂ ਮਹਾਰਾਜ ਜੀ ਪ੍ਰੇਮ ਦੇ ਬਾਣ ਮਾਰਦੇ, ਜਦੋਂ ਸ਼ਬਦ ਗਾਉਂਦੇ, ਹਿਰਦਿਆਂ 'ਚ ਛੇਕ ਪੈ ਜਾਂਦੇ ਅਤੇ ਪਏ ਹੋਏ ਛੇਕਾਂ 'ਚ ਸਤਿਗੁਰੂ ਮੋਤੀ ਪਰੋ ਦਿੰਦੇ, ਮਾਲਾ ਬਣਾ ਦਿੰਦੇ। ਉੱਥੇ ਗੁਰੂ ਸਾਹਿਬ ਜੀ ਦੇ ਤੀਰ ਵੀ ਨੇ, ਬਹੁਤ ਸਾਰੇ, ਥੋੜ੍ਹੇ ਇੱਕ ਦੋ ਚਾਰ ਨਹੀਂ, ਇੰਨੇ ਸਾਰੇ, ਪੱਥਾ ਭਰਿਆ ਪਿਆ। ਅਤੇ ਉਹ ਸਾਰੇ ਤੀਰਾਂ ਦੀਆਂ ਮੁਖੀਆਂ ਉੱਤੇ ਸੋਨਾ ਲੱਗਿਆ ਹੋਇਆ। ਮੈਂ ਕਹਿੰਦਾ ਦਰਸ਼ਨ ਜ਼ਰੂਰ ਕਰਿਓ ਕਿਤੇ ਮੌਕਾ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ਾਰਾਂ ਤੀਰ, ਉਦੋਂ ਇਤਿਹਾਸ ਕਹਿੰਦਾ ਵੀ ਲੱਦੀਆਂ ਹੋਈਆਂ ਖੱਚਰਾਂ ਲੈ ਕੇ ਆਏ ਸੀ, ਕਿਉਂਕਿ ਮਹਾਰਾਜ ਸਤਿਗੁਰ ਜੀ ਨੇ, ਮੈਂ ਫਿਰ ਅਰਜ਼ ਕਰ ਰਿਹਾ ਵੀ ਭਾਵੇਂ ਖਜ਼ਾਨਾ ਨਹੀਂ ਸਾਂਭਿਆ, ਕਿਲ੍ਹਾ ਘਰ ਦੀ ਕੋਈ ਪਰਵਾਹ ਨਹੀਂ ਕੀਤੀ, ਪਰ ਜੰਗ 'ਤੇ ਜਾਰੀ ਸੀ ਨਾ, ਸ਼ਸਤਰ ਸਾਂਭੇ ਸਿੱਖੋ, ਸ਼ਸਤਰ ਸਾਂਭੇ। ਜਿੱਦਣ ਸਿੱਖਾਂ ਨੇ ਗੁਰੂ ਦਾ ਇਹ ਵੀ ਬਚਨ ਵਿਸਾਰ ਦਿੱਤਾ ਸੀ ਨਾ, ਨਤੀਜੇ ਭੁਗਣੇ ਪੈ ਗਏ ਸੀ ਨਾ ਦਿੱਲੀ 'ਚ 84, ਫਰਿੱਜਾਂ ਸਾਂਭੀਆਂ, ਸੋਫੇ ਸਾਂਭੇ, ਟੈਲੀਵਿਜ਼ਨ ਸਾਂਭੇ, ਜਗੀਰਾਂ ਸਾਂਭੀਆਂ, ਪ੍ਰਾਪਰਟੀਆਂ ਸਾਂਭੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਦਿੱਤਾ ਸੀ ਉਹ ਭੁੱਲ ਗਏ ਅਤੇ ਨਤੀਜੇ ਭੋਗਣੇ ਪੈ ਗਏ। ਗੁਰੂ ਗੋਬਿੰਦ ਸਿੰਘ ਜੀ ਦੀ ਮੰਨਾਂਗੇ ਨਾ, ਭਵਿੱਖ ਵਿੱਚ ਬਹੁਤ ਸੁਖੀ ਰਵਾਂਗੇ। ਫਿਰ ਬਾਅਦ ਵਿੱਚ ਪਤਾ ਲੱਗਦਾ ਹੁੰਦਾ ਵੀ ਮਹਾਰਾਜ ਨੇ ਜੇ ਜਿਹੜਾ ਕਿਹਾ ਸੀ, ਜੇ ਕਿਤੇ ਅਸੀਂ ਮੰਨਿਆ ਹੁੰਦਾ ਨਾ, ਅੱਜ ਬਚ ਜਾਣਾ ਸੀ ਅਸੀਂ। ਗੁਲਸ਼ਤਰਾਨ, ਉਹ ਜਿਹੜੇ ਹਜ਼ਾਰਾਂ ਤੀਰ ਚਲਾਉਣੇ ਹੁੰਦੇ ਸੀ, ਅੰਗੂਠਾ ਛਾਲੇ ਨਾ ਪੈ ਜਾਣ, ਉਹ ਇੱਕ ਗਹਿਣਾ ਹੁੰਦਾ ਸੀ, ਸੰਦ ਹੁੰਦਾ ਸੀ ਅੰਗੂਠੇ 'ਤੇ ਚਾੜਨ ਵਾਲਾ, ਅਤੇ ਕਿਸੇ ਪਿਆਰ ਵਾਲੇ ਨੇ ਉਹਦੇ 'ਤੇ ਹੀਰਾ ਜੜ ਕੇ ਦਿੱਤਾ ਸੀ ਸ਼ਰਧਾ ਨਾਲ। ਉੱਧਰੋਂ ਅਰਦਾਸ ਵਿਧਾਂ ਬਣਦੀਆਂ ਸਾਧ ਸੰਗਤ, ਜੋ ਤੁਹਾਡੀ ਅਰਦਾਸ ਨੂੰ ਫਲ ਲੱਗਣਾ ਹੁੰਦਾ ਨਾ, ਕਈ ਵਾਰੀ ਐਂ ਹੁੰਦਾ ਵੀ ਇਹ ਤਾਂ ਸੁਭਾਵਿਕ ਹੀ ਹੋ ਗਿਆ, ਹੁੰਦਾ ਸੁਭਾਵਿਕ ਨਹੀਂ ਹੈ। ਗੁਰੂ ਇੰਨੇ ਆਸਾਨ ਤਰੀਕੇ ਨਾਲ ਵਿਧ ਬਣਾ ਦਿੰਦਾ ਕਿ ਸਾਨੂੰ ਐਂ ਲੱਗਦਾ ਇਹ ਤਾਂ ਸੁੱਤੇ ਸਿੱਧ ਹੋਣਾ ਹੀ ਸੀ ਜੀ, ਇੱਦਾਂ ਵਰਤਦਾ। ਨਿਸ਼ਚਾ ਰੱਖਿਓ, ਭਰੋਸਾ ਰੱਖਿਓ, ਬੜਾ ਭਰੋਸਾ ਹੈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਨੂੰ। ਉੱਧਰੋਂ ਅਰਦਾਸ ਕਰਕੇ ਅੱਖਾਂ ਖੋਲੀਆਂ, ਉੱਧਰ ਪਹਿਲੀ ਕਿਰਨ ਫੁੱਟੀ, ਜਦੋਂ ਗੁਲਸ਼ਤਰਾਨ 'ਤੇ ਪਈ ਹੀਰੇ ਦੀ ਚਮਕ, ਅਤੇ ਚਮਕ ਵੇਖ ਕੇ ਇੱਕਦਮ ਉਹ ਪੱਤਿਆਂ ਵਿੱਚੋਂ ਚਮਕ ਕਿਹਦੀ ਪਈ ਆ, ਉਹ ਰੁੱਖਾਂ ਦੇ ਝੁੰਡ 'ਚੋਂ ਭੱਜ ਕੇ ਭਾਈ ਦਇਆ ਸਿੰਘ ਗਏ, ਬੇਪਰਵਾਹ ਮੇਰਾ ਸਤਿਗੁਰੂ ਕਰਤੇ ਦੇ ਰੰਗ ਵਿੱਚ ਸ਼ੁਕਰਗੁਜ਼ਾਰ ਹੋ ਕੇ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਆਇਆ, ਜਿਹੜਾ ਉਹ ਸੁੱਤਾ। ਸਿੰਘ ਨਾ ਖੜੇ ਹੋ ਗਏ, ਜਾ ਕੇ ਇਹਨਾਂ ਨੇ ਜਗਾਇਆ ਨਹੀਂ। ਅਤੇ ਮੇਰੇ ਵੀਰ ਦੀ ਕਲਮ ਦਾ ਤਸੱਵਰ ਹੈ ਕਿ ਹਵਾ ਨੂੰ ਮੁਖਾਤਬ ਹੋ ਕੇ ਕਹਿੰਦੇ ਪਿਆਰ ਵਿੱਚ, ਇਹ ਹਵਾਏ ਮੇਰਾ ਮਾਲਕ ਸੁੱਤਾ, ਦੇਖੀ ਕਿਤੇ ਸਰਸਰਾਹਟ ਦੇ ਨਾਲ ਨੀਂਦ ਨਾ ਉੱਖੜ ਜਾਏ। ਸੁਣੇ ਨਾ ਬਾਜ ਨਾ ਤਾਜ ਨਾ ਨੀਲਾ ਘੋੜਾ, ਏਕੀ ਦਾਤਾ ਖੇਡ ਰਚਾਈ, ਕਰਜੇ ਦੀ ਪੰਡ ਲਾ ਸ
ਸੁੱਤਾ ਬਾਜਾ ਵਾਲਾ ਮਾਹੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਕਿੱਥੇ ਮਖਮਲੀ ਅਤਲ ਸ਼ਕੀਮ ਖਾਂਬਾ, ਕਿੱਥੇ ਕੰਡਿਆਂ ਫਰਸ਼ ਸਜਾਇਆ ਈ, ਕਿੱਥੇ ਬਾਜ ਨੀਲਾ, ਕਿੱਥੇ ਤਾਜ ਪੀਲਾ, ਕਿੱਥੇ ਵਣਾ ਅੱਜ ਚੌਰ ਚਲਾਇਆ। ਜਿਨ੍ਹਾਂ ਦੇ ਸੀਸ ਉੱਤੇ ਸਵਾ ਸਵਾ ਲੱਖ ਦਾ ਚੰਦੋਆ ਅਤੇ ਪ੍ਰਸਾਦੀ ਹਾਥੀ ਚੌਰ ਚਲਾਉਂਦਾ ਸੀ, ਮੇਰੇ ਦਾਤਾ ਜੀ ਕਿੰਨੀ ਸਮਾਨ ਅਵਸਥਾ ਹੈ ਨਾ। ਤੈਸਾ ਸਵਰਨ ਤੈਸੀ ਉਸ ਮਾਟੀ, ਇੱਕ ਸਮਾਨ। ਬੇਪਰਵਾਹ ਮੇਰੇ ਦਾਤਾ ਜੀ ਆਰਾਮ ਕਰ ਰਹੇ ਆ ਸਿੱਖਾਂ ਨੇ ਚਰਨ ਛੋਏ ਜਾ ਕੇ। ਮਹਾਰਾਜ ਨੇ ਅੱਖਾਂ ਖੋਲੀਆਂ ਅਤੇ ਜਿਹੜੇ ਦਰਸ਼ਨ ਇਤਿਹਾਸ ਵਿੱਚੋਂ ਹੋਏ, ਚਰਨ ਸੁੱਜ ਚੁੱਕੇ ਸੀ ਜੀ, ਬਹੁਤ ਜ਼ਖਮੀ, ਨੰਗੇ ਪੈਰੀ ਸਤਿਗੁਰੂ ਜੀ ਚੱਲੇ ਆ ਰਹੇ ਆ। ਅਤੇ ਇੱਥੋਂ ਤੱਕ ਜ਼ਿਕਰ ਆਉਂਦਾ ਵੀ ਮਹਾਰਾਜ ਨੇ ਜਿਹੜਾ ਕਛਹਿਰਾ ਪਹਿਨਿਆ ਸੀ ਨਾ ਜੀ, ਜਦੋਂ ਖੂਹ 'ਤੇ ਜਾਂਦੇ ਆ ਅਤੇ ਕਛਹਿਰੇ ਦੀ ਜਿਹੜੀ ਮੋਰੀ ਹੈ, ਇੰਨੀਆਂ ਲੱਤਾਂ ਸੁੱਜ ਚੁੱਕੀਆਂ ਸੀ ਕਿ ਉਹ ਲੱਤਾਂ 'ਚ ਖੁੱਭ ਚੁੱਕੀ ਹੈ। ਅਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਹੋਰਾਂ ਨੇ ਜਲ ਗਰਮ ਕਰ ਕਰਕੇ ਫਿਰ ਸੱਚੇ ਪਾਤਸ਼ਾਹ ਜੀ ਦੇ ਖੂਨ 'ਚ ਲੱਥ ਪੱਥ ਜਿਹੜੇ ਵਸਤਰ ਸੀ ਉਹ ਸਰੀਰ ਨਾਲ ਜੁੜੇ ਹੋਏ, ਜੁਦਾ ਗੁਲਾਬੇ ਦਾ ਖੂਹ ਵਗਦਾ ਜਿਹਦੇ ਨੌਕਰ ਨੇ ਜਾ ਕੇ ਦੱਸਿਆ ਅਨੰਦਪੁਰ ਸਾਹਿਬ ਵਾਲਾ ਸਤਿਗੁਰੂ ਆਇਆ, ਪੰਜਾਬਾਂ 'ਤੇ ਗੁਲਾਬਾ ਸਤਿਗੁਰੂ ਜੀ ਨੂੰ ਘਰ ਲੈ ਕੇ ਆਏ। ਗੁਰੂ ਦੀ ਸੇਵਾ ਵਾਸਤੇ ਬੜਾ ਵੱਡਾ ਜਿਗਰਾ ਚਾਹੀਦਾ ਹੈ, ਸਿੱਖੀ ਕਮਾ ਲੈਣੀ, ਪਿਆਰ ਨਿਭਾ ਲੈਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਪਿਆਰ ਨਿਭਾਉਣ ਵਾਸਤੇ ਤਿਆਗ ਚਾਹੀਦਾ ਹੈ ਅਤੇ ਤਿਆਗ ਪਿਆਰ ਕੁਰਬਾਨੀ ਮੰਗਦਾ। ਰੂਹ ਕੰਬ ਗਈ, ਹਕੂਮਤ ਪਿੱਛੇ ਹੈ, ਦਲ ਲੱਭਦੇ ਫਿਰਦੇ ਨੇ ਅਤੇ ਪੰਜਾਬੇ ਅਤੇ ਗੁਲਾਬੇ ਨੇ ਤੜਕ ਸਾਰ ਸਵੇਰੇ, ਅਜੇ 3 ਪਹਿਰ ਰਾਤ ਗੁਜ਼ਰੀ ਸੀ, ਖੱਦਰ ਦਾ ਰੇਜ਼ਾ ਅਤੇ 5 ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ, ਜਿਹਦਾ ਮਤਲਬ ਸੀ ਕਿ ਹੁਣ ਤੁਸੀਂ ਸਾਡੇ ਘਰ ਤੋਂ ਜਾਓ। ਉੱਧਰ ਸਾਧ ਸੰਗਤ ਜੀ ਜਦੋਂ ਖਬਰ ਪਹੁੰਚੀ, ਪਿਆਰ ਇਹ ਨਹੀਂ ਹੈ ਗੁਰਵਖੋ ਵੀ ਕਿਹੜੀ ਬਰਾਦਰੀ ਅਤੇ ਕਿਹੜੀ ਜਾਤ, ਜਿਹਦੇ ਸੀਨੇ ਦੇ ਅੰਦਰ ਸਤਿਗੁਰੂ ਬੀਜ ਪਾਉਂਦੇ ਆ ਨਾ ਉੱਥੇ ਹੀ ਅੰਕੁਰ ਫੁੱਟਦੇ ਆ। ਉੱਧਰ ਅਰਦਾਸਾਂ ਕਰ, ਜਦੋਂ ਖਬਰ ਫੈਲੀ ਨਾ ਵੀ ਮਹਾਰਾਜ ਚਮਕੌਰ ਦੀ ਗੜੀ 'ਚੋਂ ਨਿਕਲ ਆਏ, ਐਡੀ ਬਿਪਤਾ, ਐਡਾ ਭਿਆਨਕ ਸਮਾਂ, ਆਹ ਕੁਝ ਵਰਤ ਗਿਆ, ਪੁੱਤਰ ਸ਼ਹੀਦ ਹੋ ਗਏ, ਅਤੇ ਗੁਰੂ ਦੇ ਪ੍ਰੇਮ ਰਤੀਆਂ ਦੋ ਰੂਹਾਂ ਨੇ, ਬੀਬੀ ਉਮਰੀ ਜੀ ਦੇ ਪੁੱਤਰ, ਇਹਨਾਂ ਦੇ ਪੂਜਨੀਕ ਮਾਤਾ ਦਾ ਨਾਮ ਹੈ ਬੀਬੀ ਉਮਰੀ ਜੀ, ਨਬੀ ਖਾਨ ਅਤੇ ਗਨੀ ਖਾਨ, ਉਹ ਦਾਰੂਦ ਪੜ੍ਹਦੇ ਇਲਤਜ਼ਾ ਕਰਦੇ, ਯਾ ਮੌਲਾ ਕਿਤੇ ਕਲਗੀਆਂ ਵਾਲੇ ਸਾਹਿਬ ਦੀ ਸੇਵਾ ਸਾਡੀ ਝੋਲੀ 'ਚ ਪੈ ਜਾਏ। ਅਤੇ ਜਦੋਂ ਇਹਨਾਂ ਨੇ ਰੁਖਸਤ ਕਰਨ ਲਈ ਭੇਟਾ ਦੇ ਦਿੱਤੀ ਨਾ, ਮਹਾਰਾਜ ਮੁਸਕਰਾ ਪਏ, ਗੁਰੂ ਸਾਹਿਬ ਕਹਿਣ ਲੱਗੇ, ਹੁਣ ਵੇਖੋ ਮੇਰਾ ਗੁਰੂ ਐਵੇਂ ਨਹੀਂ ਜਾ ਰਿਹਾ, ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਰੂਹ ਨੂੰ ਨਿਵਾਜਣਾ ਸਤਿਗੁਰੂ ਜੀ ਨੇ। ਗੁਰੂ ਪਾਤਸ਼ਾਹ ਜੀ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਜਾਓ ਨਬੀ ਖਾਂ ਗਨੀ ਖਾਂ ਨੂੰ ਸੁਨੇਹਾ ਭੇਜੋ। ਉਹ ਪ੍ਰੇਮ ਰਤੀਆਂ ਰੂਹਾਂ ਆਈਆਂ, ਮਹਾਰਾਜ ਨੂੰ ਘਰ ਲੈ ਗਏ ਸਾਧ ਸੰਗਤ। ਮੇਰਾ ਜੀ ਕਰਦਾ ਇਤਿਹਾਸ ਵਿੱਚ ਜਿਹੜਾ ਇੱਕ ਇੱਕ ਪਾਤਰ ਵੀ ਹੈ ਨਾ, ਜਿਹਦੀਆਂ ਅੱਖਾਂ ਵਿੱਚ ਵੀ ਗੁਰੂ ਨੂੰ ਵੇਖ ਕੇ, ਗੁਰੂ ਬਾਰੇ ਸੁਣ ਕੇ ਕੋਈ ਪ੍ਰੇਮ ਦੀ ਚਮਕ ਪੈਦਾ ਹੁੰਦੀ ਹੈ, ਉਹਦੇ ਵੀ ਚਰਨਾਂ ਉੱਤੋਂ ਵਾਰਨੇ ਜਾਣ ਨੂੰ ਜੀ ਕਰਦਾ ਸਾਧ ਸੰਗਤ। ਨੰਨੀ ਜੀ ਬਾਲੜੀ ਆਂਗਣ 'ਚ ਖੇਲਦੀ ਹੈ ਅਤੇ ਉਹ ਕਹਿੰਦੀ ਹੈ ਵੀ ਅੱਬਾ ਸਾਡੇ ਘਰ ਕੌਣ ਆਏ ਹੈ। ਅਤੇ ਉੱਧਰ ਮੇਰੇ ਕਲਗੀਧਰ ਪਾਤਸ਼ਾਹ ਪੱਤਰ ਲਿਖ ਕੇ ਕੌਲ ਕਰਦੇ ਆ
ਕਿ ਮੈਂ ਨਬੀ ਖਾਂ ਅਤੇ ਗਨੀ ਖਾਂ ਨੂੰ ਆਪਣੇ ਪੁੱਤਰ ਤਸਲੀਮ ਕਰਦਾ। ਅੱਜ ਵੀ ਉਹ ਲਿਖਤ ਮੌਜੂਦ ਹੈ, ਜਿਹਦੇ ਹਿਰਦੇ 'ਚ ਪਿਆਰ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਦੀ ਗਲਵੱਕੜੀ ਵਿੱਚ ਆ ਜਾਂਦਾ। ਸਾਧ ਅੱਜ ਵੀ ਇਹੀ ਅਸੂਲ ਲਾਗੂ ਹੈ। ਅਤੇ ਜਦੋਂ ਉਸ ਬਾਲੜੀ ਨੂੰ ਖੁਸ਼ੀ ਦੀ ਲਹਿਰ ਘਰ 'ਚ ਦੌੜ ਗਈ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਪੁੱਤਰ ਕਿਹਾ, ਨਬੀ ਖਾਨ ਗਨੀ ਖਾਨ ਜੋ ਹੈਗ ਸੋ ਮੇਰੇ ਫਰਜ਼ੰਦ ਹੈਗ ਪੁੱਤਰ ਕਿਹਾ, ਘਰ 'ਤੇ ਨੱਚ ਉੱਠਿਆ। ਉਹ ਬਾਲੜੀ ਝੂਮ ਝੂਮ ਕੇ ਕਹਿ ਰਹੀ ਹੈ, ਉਹਨੇ ਗੀਤ ਬਣਾ ਲਿਆ ਪ੍ਰੇਮ ਦਾ, ਤਰਾਨੇ ਬਣ ਗਏ ਪ੍ਰੇਮ ਦੇ, ਜਦੋਂ ਕਹਿੰਦੀ ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ ਮੈਂ ਪੋਤੀ ਮੈਂ ਪੋਤੀ। ਤੇ ਪੁੱਛਿਆ ਬਾਪ ਨੇ, ਧੀਏ ਤੂੰ ਨੱਚ ਰਹੀ ਹੈ? ਕਹਿਣ ਲੱਗੀ, ਅੱਬਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਕਿਹਾ, ਤੇ ਜੇ ਮੇਰੇ ਅੱਬਾ ਦੇ ਪਿਤਾ ਹੋਏ ਤੇ ਮੈਂ ਫਿਰ ਉਹਨਾਂ ਦੀ ਪੋਤੀ ਹੋਈ ਨਾ। ਮਹਾਰਾਜ ਨੇ ਇਸ ਧੀ ਦੇ ਸਿਰ ਤੇ ਵੀ ਹੱਥ ਰੱਖ ਕੇ ਨਿਵਾਜਿਆ, ਕਿੰਨੀ ਭਾਗਾਂ ਵਾਲੀ ਬੱਚੀ ਹੋਏਗੀ ਜੀ। ਇੱਕ ਆਪਾਂ ਜ਼ਿਕਰ ਕੀਤਾ ਸੀ ਨਾ ਵੀ ਮਹਾਰਾਜ ਪਹਿਲਾਂ 3 ਰਾਤਾਂ ਰਹਿ ਕੇ ਗਏ ਸੀ ਚਮਕੌਰ ਸਾਹਿਬ ਜਦੋਂ ਕੁਰਕਸ਼ੇਤਰ ਤੋਂ ਆਏ ਸੀ। ਉੱਥੇ ਭਾਈ ਨਿਹਾਲਾ ਜੀ ਦੀ ਮਾਤਾ ਗਈ ਸੀ, ਮਾਤਾ ਹਰਦਈ। ਗੁਰੂ ਗੋਬਿੰਦ ਸਿੰਘ ਪ੍ਰੇਮ ਦਾ ਸਮੁੰਦਰ ਨੇ, ਇਕੱਲੀ ਤੇਗ ਨਾ ਵੇਖਿਓ, ਉਹ ਤੇ ਪਿਆਰ ਦੀ ਰਾਖੀ ਵਾਸਤੇ ਆ। ਉਸ ਮਾਂ ਨੇ ਖੱਦਰ ਦਾ ਰੇਜ਼ਾ ਅਰਪਣ ਕੀਤਾ ਸੀ ਤੇ ਸਤਿਗੁਰੂ ਜੀ ਨੇ ਪ੍ਰਵਾਨ ਕੀਤਾ, ਤੇ ਮਾਂ ਨੇ ਕਿਹਾ ਸੀ, ਮਹਾਰਾਜ ਮੇਰੀ ਇੱਕ ਤਮੰਨਾ ਹੈ, ਜਿੰਨੀ ਦੇਰ ਮੇਰੇ ਪ੍ਰਾਣ ਨੇ ਜਿੰਨੀ ਦੇਰ ਮੇਰੀ ਜ਼ਿੰਦਗੀ ਹੈ, ਜਿਵੇਂ ਹੁਣ ਤੁਸੀਂ ਆਪ ਪ੍ਰਵਾਨ ਕੀਤੀ ਮੇਰੀ ਭੇਟਾ, ਮੇਰੀ ਮਨਸਾ ਹੈ ਕਿ ਮੈਂ ਬੁੱਢੀ ਠੇਰੀ ਹੋਰ ਤੇ ਕੁਝ ਨਹੀਂ ਕਰ ਸਕਦੀ, ਮੈਂ ਚੱਲ ਕੇ ਅਨੰਦਪੁਰ ਸਾਹਿਬ ਨਹੀਂ ਆ ਸਕਦੀ, ਮੇਰੀ ਇੱਕ ਆਖਰੀ ਤਮੰਨਾ ਹੈ ਕਿ ਮੈਂ ਜਿੰਨੇ ਖੱਦਰ ਦੇ ਥਾਣ ਬੁਣਾ ਤੁਹਾਡੀ ਭੇਟਾ ਵਾਸਤੇ, ਤੁਸੀਂ ਆਪ ਪ੍ਰਵਾਨ ਕਰੋ। ਤੇ ਗੁਰੂ ਸਾਹਿਬ ਜੀ ਨੇ ਮਾਤਾ ਹਰਦਈ ਨਾਲ ਕੌਲ ਕੀਤਾ ਸੀ, ਕਹਿੰਦੇ ਕੋਈ ਨਹੀਂ ਮਾਂ ਤੂੰ ਤਿਆਰ ਕਰੀ, ਅਸੀਂ ਆਪੇ ਆਵਾਂਗੇ। ਉਹ ਮਾਛੀਵਾੜੇ ਦੀ ਰਹਿਣ ਵਾਲੀ ਮਾਂ ਹਰਦਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਬੀ ਖਾਂ ਗਨੀ ਖਾਂ ਜਾਓ ਮਾਂ ਹਰਦਈ ਨੂੰ ਬੁਲਾ ਕੇ ਲਿਆਓ। ਭਾਈ ਨਿਹਾਲੇ ਦੀ ਮਾਤਾ, ਪੱਗਾਂ ਵਾਲਿਓ, ਇਹ ਜਿਹੜੀਆਂ ਵੰਡੀਆਂ ਨੇ ਨਾ, ਇਹ ਗੁਰੂ ਨੇ ਨਹੀਂ ਪਾਈਆਂ, ਇਹ ਜਿਹਨਾਂ ਦੇ ਅੰਦਰ ਨਫ਼ਰਤ ਦੀ ਅੱਗ ਬਲਦੀ ਉਹਨਾਂ ਦੀ ਦੇਣ ਹੈ। ਗੁਰੂ ਸਾਰੀ ਮਾਨਵਤਾ ਨੂੰ ਪਿਆਰ ਕਰਦਾ, ਸਾਰੀ ਮਨੁੱਖਤਾ ਨੂੰ। ਉਹਦੇ ਵਾਸਤੇ ਦੁਨੀਆਂ ਦੀ ਇੱਕੋ ਹੀ ਜਾਤ ਹੈ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ। ਹਾਂ, ਜ਼ੁਲਮ ਦੇ ਨਾਲ ਜ਼ਰੂਰ ਟੱਕਰ ਹੈ। ਮਾਤਾ ਹਰਦਈ ਜੀ ਕਿੰਨਾ ਸਾਰਾ ਹੀ ਖੱਦਰ ਲੈ ਆਈ, ਮਹਾਰਾਜ ਜੀ ਮੈਂ ਤੇ ਕਦੋਂ ਦੀ ਉਡੀਕਦੀ। ਸਤਿਗੁਰੂ ਜੀ ਕਹਿੰਦੇ ਇਸੇ ਦੀ ਤੇ ਲੋੜ ਸੀ। 3 ਸਿੰਘ ਨੇ ਨਾਲ, ਚੌਥੇ ਸੱਚੇ ਪਾਤਸ਼ਾਹ, ਖੱਦਰ ਦਾ ਕਿੰਨਾ ਵੱਡਾ ਥਾਨ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਨਿਹਾਲਾ, ਭਾਈ ਨਬੀ ਖਾਂ ਗਨੀ ਖਾਂ, ਨੀਲ ਦਾ ਮੱਟ ਤਿਆਰ ਕਰੋ ਤੇ ਖੱਦਰ ਦਾ ਥਾਨ ਡੋਬੋ, ਨੀਲੇ ਰੰਗ ਦੇ ਵਸਤਰ, ਮੇਰੇ ਸਾਹਿਬ ਨੇ ਬਾਣਾ ਪਹਿਨੇ ਆ ਸਾਧ ਸੰਗਤ, ਨੀਲੇ ਵਸਤਰ ਸਾਰੇ ਸਿੰਘਾਂ ਨੇ ਪਹਿਨ ਲਏ ਜੀ। ਕਿੰਨਾ ਸੋਹਣਾ ਰੇਜਾ, ਐਵੇਂ ਨਹੀਂ ਮਹਾਰਾਜ ਜੀ ਤੁਰੇ ਜਾਂਦੇ, ਕਿਤੇ ਨਾ ਕਿਤੇ ਭੇਦ ਛੁਪੇ ਹੋਏ। ਗੁਰਦੇਵ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਸਮੇਤ ਉਹ ਬਾਣੇ ਪਹਿਨੇ ਨੀਲੇ, ਨਬੀ ਖਾਂ ਗਨੀ ਖਾਂ ਧੰਨ। ਵੇਖੋ ਗੁਰਮੁਖੋ, ਪਰਖ ਤੇ ਉਦੋਂ ਹੁੰਦੀ ਹੈ, ਇੱਦਾਂ ਤੇ ਸਾਰੇ ਹੀ ਕਹਿੰਦੇ ਆ ਮੈਂ ਤੈਨੂੰ ਬੜਾ ਪਿਆਰ ਕਰਦਾ, ਜਦੋਂ ਪਿਆਰ ਦੇ ਬਦਲੇ ਮੌਤ ਮਿਲਣ ਦਾ ਖਦਸ਼ਾ ਹੋਵੇ, ਪਰਖ ਤੇ ਉਦੋਂ ਹੁੰਦੀ ਹੈ। ਪਲੰਘਾ ਹਜ਼ੂਰ ਦਾ ਮੋਢਿਆਂ ਤੇ ਚੁੱਕਿਆ, ਅਗਲੇ ਪਲੰਘੇ ਦੇ ਪਾਵਿਆਂ ਨੂੰ ਨਬੀ ਖਾਂ ਗਨੀ ਖਾਂ ਨੇ ਚੁੱਕਿਆ, ਪਿੱਛੇ ਭਾਈ ਧਰਮ ਸਿੰਘ ਮਾਨ ਸਿੰਘ ਨੇ ਚੁੱਕਿਆ, ਤੇ ਭਾਈ ਦਇਆ ਸਿੰਘ ਜੀ ਚੌਰ ਚੁਲਾ ਰਿਹਾ, ਦੁਸ਼ਮਣ ਦਾ ਲੱਭਦਾ ਫਿਰਦਾ ਸੀ।
ਸ਼ਨਾਖਤ ਕਰਨੀ ਸੀ ਉਹਨਾਂ ਨੇ। ਉਹਨਾਂ ਨੇ ਰੋਕ ਕੇ ਪੁੱਛਿਆ ਵੀ ਕੌਣ ਨੇ, ਤੇ ਉਹਨਾਂ ਮੁਸਲਮਾਨ ਵੀਰਾਂ ਨੇ ਕਿਹਾ ਸੀ ਇਹ ਪੀਰਾਂ ਦੇ ਪੀਰ ਉੱਚ ਦੇ ਪੀਰ ਹਨ। ਸਿੱਖੋ, ਇਹ ਇੱਟਾਂ ਦੀਆਂ ਥੜੀਆਂ ਸਾਡੇ ਪੀਰ ਨਹੀਂ ਹਨ। ਸਾਡਾ ਪੀਰ ਤੇ ਸਾਡਾ ਸਤਿਗੁਰੂ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਸਾਡਾ ਪੀਰ ਤੇ ਪ੍ਰਗਟ ਪ੍ਰਤੱਖ ਹੈ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ ਹਾਜ਼ਰ ਨਾਜ਼ਰ। ਤੇ ਉਹ ਮੁਸਲਮਾਨ ਦਰਵੇਸ਼ਾਂ ਨੂੰ ਪਤਾ ਹੈ ਪੀਰਾਂ ਦੇ ਪੀਰ ਨੇ। ਅੱਜ ਦਸਤਾਰਾਂ ਵਾਲੇ ਬੜੇ ਭਟਕਦੇ, ਮਾਫ਼ ਕਰਿਓ ਸਰ ਸਤਿ ਸੰਗਤ ਜੀ, ਸਿਰ ਮੈਂ ਨੈਗੇਟਿਵ ਨਹੀਂ ਜਾਣਾ ਚਾਹੁੰਦਾ, ਪਰ ਬੜੇ ਭਟਕ ਰਹੇ ਅਜੇ ਵੀ, ਡਰੀ ਜਾ ਰਹੇ ਆ, ਆਪੇ ਲਾਈਆਂ ਇੱਟਾਂ ਤੋਂ ਡਰੀ ਜਾ ਰਹੇ ਆ, ਪਤਾ ਨਹੀਂ ਇਹ ਪੀਰ ਕੀ ਕਰ ਦੇਗਾ। ਆਪਣੇ ਅੰਦਰੋਂ ਭਾਉ ਕੱਢੋ, ਇਹ ਵੀ ਗੁਲਾਮੀ ਹੈ, ਸਿਰਫ ਸਿੱਖਾਂ ਦੀ ਗੁਲਾਮੀ ਨਹੀਂ, ਇਹ ਤੇ ਸਰੀਰ ਨੂੰ ਬੰਨ ਕੇ ਰੱਖਿਆ ਨਾ, ਇਹ ਸੋਚ ਦੀਆਂ ਗੁਲਾਮੀਆਂ ਨੇ ਸਾਧ ਸੰਗਤ। ਕੋਈ ਰੁੱਖਾਂ ਤੋਂ ਡਰ ਰਿਹਾ, ਕੋਈ ਮਿੱਟੀ ਦੀ ਢੇਰੀ ਤੋਂ ਡਰ ਰਿਹਾ, ਪਤਾ ਨਹੀਂ ਕਿਸ ਕਿਸ ਚੀਜ਼ ਦਾ ਖੌਫ ਅੰਦਰ ਬੈਠਾ ਸਾਡੇ। ਗੁਰੂ ਨੇ ਗੁਲਾਮੀ ਕੱਟਦੇ ਅੰਦਰੋਂ ਭੈ ਹੀ ਤੇ ਖਤਮ ਕੀਤਾ ਸੀ, ਤੇ ਸਾਨੂੰ ਕਿਹਾ ਸੀ ਨਿਰਭਉ ਜਪੈ ਸਗਲ ਭਉ ਮਿਟੈ। ਜਿੱਦਣ ਸਿੱਖ ਦੀ ਸੁਰਤ ਨਿਰਭਉ ਨਾ ਜੁੜੇਗੀ ਤੇ ਡਰ ਕਾਹਦਾ ਫਿਰ, ਤੇਰੇ ਸੇਵਕ ਕਹੋ। ਇਹ ਸਿੱਖਾਂ ਡਰਾਉਂਦੀਆਂ ਸੀ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਹਨੇਰਾ ਸੀ, ਰੋਸ਼ਨੀ ਥੋੜੀ ਕਰਨੀ ਸੀ ਦੁਸ਼ਮਣਾਂ ਨੇ, ਸੀਤ ਰਾਤਾਂ ਤੇ ਆਹ ਜਿਹੜੀ ਅੱਧੀ ਰਾਤ ਹੈ ਇਹ ਘੁੱਪ ਹਨੇਰਾ। ਅੱਜ ਤੇ ਤੁਸੀਂ ਪੂਰੀ ਰੋਸ਼ਨੀ 'ਚ ਬੈਠੇ ਹੋ ਨਾ, ਉਦਣ ਮਾਂ ਜੀ, ਅੱਜ ਤੁਹਾਡਾ ਪੰਥ ਬੈਠਾ ਕਲਗੀਆਂ ਵਾਲੇ ਪਾਤਸ਼ਾਹ, ਉਦਣ ਇਸ ਕੋਠੜੀ 'ਚ ਦੀਵਾ ਨਹੀਂ ਸੀ ਜਗਾਇਆ, ਕਹਿੰਦੇ ਬਾਲ ਡਰਨਗੇ। ਪਰ ਜਿਨ੍ਹਾਂ ਨੇ ਬੈਠ ਕੇ ਚੌਂਕੜਾ ਲਾ ਕੇ ਨਿਰਭਉ ਜਪਿਆ, ਉਹ ਕਿੱਦਾਂ ਭਉ ਚਾਹੁਣਗੇ ਜੀ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਆਸੀ। ਨਿਰਭਉ ਜਪੈ ਸਗਲ ਭਉ ਮਿਟੈ। ਇਸ ਲਈ ਮੈਂ ਕਿਹਾ ਇਸ ਕੋਠੜੀ 'ਚ ਆਵਾਜ਼ ਆਉਂਦੀ ਸੀ ਵਾਹਿਗੁਰੂ 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 ਵਾਹਿਗੁਰੂ, ਇਹ ਆਵਾਜ਼ ਆਉਂਦੀ ਸੀ ਸਾਧ ਸੰਗਤ। ਤੁਸੀਂ ਵੀ ਘਰਾਂ 'ਚ ਨਿਰਭਉ ਨੂੰ ਜਪਿਓ ਭੈਣੋ, ਤੁਹਾਨੂੰ ਕਿਸੇ ਕਾਲੇ ਧਾਗੇ ਦੀ ਲੋੜ ਨਹੀਂ ਪਏਗੀ, ਕਿਸੇ ਤਵੀਤ ਦੀ ਲੋੜ ਨਹੀਂ ਪਏਗੀ, ਕਿਸੇ ਮੱਥੇ 'ਤੇ ਟਿੱਕਾ ਲਾਉਣ ਦੀ ਲੋੜ ਨਹੀਂ ਪਏਗੀ, ਕਿਤੇ ਕੋਠੀ ਉੱਤੇ ਭੂਤਣਾ ਟੰਗਣ ਦੀ ਲੋੜ ਨਹੀਂ ਪਏਗੀ। ਜਦੋਂ ਤੁਹਾਡੇ ਘਰ 'ਚ ਨਿਰਭਉ ਜਪਿਆ ਜਾਏਗਾ, ਸਗਲ ਭਉ ਮਿਟੈ। ਜਮ ਘਰ ਘਰ ਚੁੱਕਿਆ ਸੀ ਡੂੰਘੀਆਂ ਜੜ੍ਹਾਂ, ਪੀੜ੍ਹੀਆਂ ਤੋਂ ਜਿਹੜੀਆਂ ਰਸਮਾਂ ਨਿਭਾ ਰਹੇ ਸੀ। ਅੱਜ ਨਹੀਂ ਛੁੱਟੀਆਂ ਜੀ, ਸਿੱਖਾਂ ਦੇ ਘਰਾਂ 'ਚੋਂ ਨਹੀਂ ਨਿਕਲ ਰਹੀਆਂ। ਅੱਜ ਆਜ਼ਾਦੀ ਕਿੱਦਾਂ ਆਉਣੀ ਹੈ, ਇਹ ਸਿੱਖਾਂ ਆਜ਼ਾਦੀ ਦਾ ਸੁਨੇਹਾ ਦਿੰਦੀਆਂ ਨੇ, ਤੇ ਮੈਂ ਸੋਚ ਦੀ ਆਜ਼ਾਦੀ ਦੀ ਗੱਲ ਕਰ ਰਿਹਾ। ਗੁਰੂ ਸਾਹਿਬ ਨੇ ਕੀ ਕਿਹਾ, ਮੈਨੂੰ ਇੱਕ ਕਹਾਣੀ ਮੈਂ ਸੁਣੀ ਸੀ ਜੀ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਗੁਰੂ ਸਾਹਿਬ ਨੇ ਆਹ ਕੌਤਕ ਵਰਤਾਇਆ, ਕਹਿੰਦੇ ਕੋਈ ਸੌਦਾਗਰ ਸੀ ਤੇ ਉਹ ਦੂਰ ਕਿਸੇ ਵਤਨ 'ਚ ਗਿਆ ਆਪਣੀ ਵਪਾਰ ਫੇਰੀ 'ਤੇ, ਉੱਥੋਂ ਇੱਕ ਤੋਤਾ ਲੈ ਕੇ ਆਇਆ। ਉਸ ਤੋਤੇ ਨੂੰ ਕਈ ਵਰੇ ਉਹਨੇ ਪਿੰਜਰੇ 'ਚ ਰੱਖਿਆ ਤੇ ਤੋਤੇ ਨੂੰ ਮਜਬੂਰ ਕੀਤਾ ਕਿ ਮੇਰੀ ਬੋਲੀ ਬੋਲ। ਤੋਤੇ ਨੂੰ ਪਿੰਜਰੇ 'ਚ ਪਾ ਕੇ ਮਜਬੂਰ ਕੀਤਾ ਕਿ ਮੇਰੀ ਬੋਲੀ ਬੋਲ। ਇਹੀ ਕੁਛ ਹੁੰਦਾ ਸਾਧ ਸੰਗਤ, ਆਹ ਹੁੰਦੀ ਹੈ ਸੋਚ ਦੀ ਗੁਲਾਮੀ। ਤਿੰਨ ਚੀਜ਼ਾਂ 'ਤੇ ਅਸਰ ਹੁੰਦਾ, ਮੈਂ ਇੱਕ ਵਾਰੀ ਇੱਥੋਂ ਹੀ ਕਿਹਾ ਸੀ, ਬੰਦੇ ਦੇ ਖਾਣ 'ਤੇ, ਪਹਿਨਣ 'ਤੇ ਤੇ ਬੋਲਣ 'ਤੇ।
ਜਦੋਂ ਇਹ ਤਿੰਨ ਚੀਜ਼ਾਂ ਬੰਦਾ ਆਪਣੀਆਂ ਛੱਡ ਦਿੰਦਾ, ਕਿਸੇ ਦੀਆਂ ਅਪਣਾ ਲੈਂਦਾ, ਤੇ ਸਮਝ ਲਓ ਉਹ ਸੱਭਿਆਚਾਰਕ ਗੁਲਾਮੀ ਵੱਲ ਤੁਰ ਪਿਆ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਬੋਲੀ ਬਦਲ ਗਈ। ਜਿੱਦਾਂ ਦਾ ਉਹ ਬੋਲਦੇ ਸੀ ਮੀਆਂ ਜੀ ਕਹਿਣਾ, ਉਦਾਂ ਦੇ ਅਸੀਂ ਕਰਨ ਲੱਗ ਪਏ। ਇਹ ਸਿਰਫ ਇੱਕ ਵਣਗੀ ਹੈ, ਮਤਲਬ ਅਸੀਂ ਜਿਹਨੂੰ ਮਾਡਰਨਿਟੀ ਸਮਝ ਰਹੇ ਹਾਂ, ਸੱਚਾਈ ਇਹ ਹੈ ਕਿ ਅਸੀਂ ਆਪਣਾ ਕਲਚਰ ਛੱਡ ਰਹੇ। ਸਾਡੇ ਪੁਰਖਿਆਂ ਨੇ ਤੇ ਦੁੱਖਾਂ 'ਚ ਵੀ ਬੋਲੀ ਆਪਣੀ ਚੜ੍ਹਦੀ ਕਲਾ ਵਾਲੀ ਬਣਾ ਲਈ ਸੀ। ਦੂਸਰੀ ਗੱਲ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਕਿਸੇ ਦੀ ਭੋਜਨ ਉਹ ਇਹ ਨਹੀਂ ਕਿ ਜਿਹੜਾ ਸਰੀਰ ਲਈ ਚੰਗਾ, ਜਿਹੜਾ ਮਨ ਲਈ ਚੰਗਾ। ਅੱਜ ਤੇ ਸਾਡੇ ਗੁਰਦੁਆਰਿਆਂ 'ਚ ਵੀ ਜਿਹੜਾ ਲੰਗਰ ਲੱਗ ਰਿਹਾ ਨਾ, ਇਹ ਸੋਚ ਕੇ ਨਹੀਂ ਲੱਗ ਰਿਹਾ ਕਿ ਸਰੀਰ ਲਈ ਕੀ ਚੰਗਾ, ਇਹ ਸੋਚ ਕੇ ਲੱਗ ਰਿਹਾ ਕਿ ਲੋਕਾਂ ਨੂੰ ਕਿੱਦਾਂ ਲਿਆਉਣਾ ਆਪਣੇ ਵਾਲੇ ਪਾਸੇ। ਕੰਪੀਟੀਸ਼ਨ 'ਚ ਹੋਇਆ, ਉਹ ਖਾ ਕੇ ਕੋਈ ਬਿਮਾਰ ਹੋ ਜਾਏ। ਗੁਰੂ ਨੇ ਸੰਤੁਲਿਤ ਭੋਜਨ ਦਿੱਤੇ ਸੀ। ਗੁਰੂ ਦੇ ਲੰਗਰ 'ਚ ਬਾਣੀ 'ਚ ਪੜ੍ਹੋ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ। ਉੱਥੇ ਤੇ ਸੰਤੁਲਿਤ ਭੋਜਨ ਬਣਦਾ ਸੀ, ਦੇਸੀ ਘਿਓ ਪਾ ਕੇ ਖੀਰ ਬਣਦੀ ਸੀ। ਅੱਜ ਅਸੀਂ ਆਪਣੇ ਬੱਚੇ ਕਿਹੜੇ ਕਿੱਦਾਂ ਦੇ ਸਵਾਦਾਂ 'ਤੇ ਲਾ ਦਿੱਤੇ ਜੀ। ਸਾਡਾ ਖਾਣਾ ਕਿਸੇ ਦੇ ਦੇਖਾ ਦੇਖੀ, ਸਾਡੀ ਬੋਲੀ ਕਿਸੇ ਦੇ ਪ੍ਰਭਾਵ ਥੱਲੇ, ਅਤੇ ਸਾਡਾ ਪਹਿਰਾਵਾ ਨੀਲ ਵਸਤਰ ਪਹਿਰ ਹੋਆ ਪ੍ਰਵਾਨ। ਰਵਾਇਤ ਚੱਲੀ ਕਿ ਉਹ ਉਹਨਾਂ ਹਾਕਮਾਂ ਦੀ ਉੱਦਾਂ ਦੀ ਪੁਸ਼ਾਕ ਸੀ, ਅਤੇ ਮਾਨਸਿਕ ਗੁਲਾਮੀ ਕਰਕੇ। ਇੱਕ ਤਾਂ ਹੁੰਦਾ ਨਾ ਕਿ ਠੀਕ ਹੈ ਮਨ ਨੂੰ ਜੋ ਚੰਗਾ ਲੱਗਦਾ ਕੋਈ ਬੰਦਿਸ਼ ਨਹੀਂ, ਪਰ ਇੱਕ ਗੱਲ ਗੁਰੂ ਸਾਹਿਬ ਨੇ ਜ਼ਰੂਰ ਕਹੀ ਸਾਧ ਸੰਗਤ, ਅਸੀਂ ਆਜ਼ਾਦੀ ਦਾ ਅਰਥ ਵੀ ਗਲਤ ਕੱਢਣ ਲੱਗ ਪਏ। ਆਜ਼ਾਦੀ ਦਾ ਅਰਥ ਇਹ ਕਦੀ ਵੀ ਨਹੀਂ ਹੈ ਵੀ ਜ਼ਿੰਦਗੀ ਆਪ ਹੁਦਰੀ ਹੋ ਜਾਏ, ਫਿਰ ਤੇ ਬੰਦਾ ਅਸੂਲ ਤੋੜਦਾ, ਕਹੇ ਮੈਂ ਗੱਡੀ ਏਦਾਂ ਚਲਾਉਣੀ ਹੈ ਸੱਪ ਦੇ ਵਾਂਗੂ ਵਲ ਖਾਂਦੀ, ਮੈਂ ਆਜ਼ਾਦ ਹਾਂ। ਕਿਸੇ ਮਾਨ ਮਰਿਆਦਾ 'ਚ ਤਾਂ ਚੱਲਣਾ ਹੀ ਪਏਗਾ ਨਾ ਜੀ। ਹੁਣ ਅਸੀਂ ਆਜ਼ਾਦੀ ਦੇ ਅਰਥ ਜਿਹੜੇ ਨੂੰ ਆਪਣੀ ਮਨ ਮਰਜ਼ੀ ਸੋਚ ਲਈ ਵੀ ਇਹਨੂੰ ਆਜ਼ਾਦੀ ਕਹਿੰਦੇ ਆ, ਨਹੀਂ ਭਾਈ, ਜ਼ਿੰਦਗੀ ਨੂੰ ਇੱਕ ਸੰਜਮ 'ਚ ਜੂਣਾ, ਅਤੇ ਸੰਜਮ ਦੇਣ ਵਾਲਾ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਿਆ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਕਹਿੰਦੇ ਨਾ ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਹੁਣ ਅਸੀਂ ਕਹੀਏ ਵੀ ਆਜ਼ਾਦੀ ਹੈ ਜੀ, ਅਸੀਂ ਤਾਂ ਜਿੱਦਾਂ ਕਹਿੰਦਾ ਜੀ। ਹੁਣ ਅਸੀਂ ਆਜ਼ਾਦੀ ਦੇ ਅਰਥ ਜਿਹੜਿਆਂ ਨੂੰ ਆਪਣੀ ਮਨ ਮਰਜ਼ੀ ਸੋਚ ਲਈ ਵੀ ਇਹਨੂੰ ਆਜ਼ਾਦੀ ਕਹਿੰਦੇ ਆ, ਨਹੀਂ ਭਾਈ, ਜ਼ਿੰਦਗੀ ਨੂੰ ਇੱਕ ਸੰਜਮ 'ਚ ਜੂਣਾ, ਅਤੇ ਸੰਜਮ ਦੇਣ ਵਾਲਾ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਿਆ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਕਹਿੰਦੇ ਨਾ ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਹੁਣ ਅਸੀਂ ਕਹੀਏ ਵੀ ਆਜ਼ਾਦੀ ਹੈ ਜੀ, ਅਸੀਂ ਤਾਂ ਜਿੱਦਾਂ ਮਰਜ਼ੀ ਪਹਿਨੀਏ, ਅਤੇ ਇੱਥੋਂ ਸਾਡੀ ਮਾਨਸਿਕ ਗੁਲਾਮੀ ਸ਼ੁਰੂ ਹੋ ਗਈ। ਹੁਣ ਉਹ ਮਾਲਕ ਕਹਿੰਦਾ ਵੀ ਜਿਹੜਾ ਤੋਤਾ ਮੈਂ ਦੂਰ ਦੇਸ਼ ਤੋਂ ਲਿਆਂਦਾ ਅਤੇ ਮੇਰੀ ਬੋਲੀ ਬੋਲੇ, ਮਤਲਬ ਮੈਂ ਇਹਨੂੰ ਪੂਰਨ ਤੌਰ 'ਤੇ ਆਪਣਾ ਗੁਲਾਮ ਬਣਾਵਾਂ। ਮੁੱਦਤ ਦੇ ਬਾਅਦ, ਵਰ੍ਹਿਆਂ ਦੇ ਬਾਅਦ, ਉਹ ਮਾਲਕ ਜਿਹੜੇ ਦੇਸ਼ 'ਚੋਂ ਤੋਤਾ ਲਿਆਇਆ ਸੀ ਨਾ, ਪੰਛੀ ਲਿਆਇਆ ਸੀ, ਫਿਰ ਕਿਤੇ ਉਸੇ ਦੇਸ਼ 'ਚ ਸੁਦਾਗਰੀ ਲਈ ਚੱਲਿਆ, ਅਤੇ ਉਹਨੂੰ ਕਹਿੰਦਾ ਮੈਂ ਤੇਰੇ ਦੇਸ਼ ਚੱਲਿਆ, ਕੋਈ ਸੁਨੇਹਾ ਦੇਣਾ ਹੀ ਆਪਣੇ ਵਤਨ ਭਰਾਵਾਂ ਨੂੰ, ਕੋਈ ਸੁਨੇਹਾ ਦੇਣਾ ਹੀ। ਅਤੇ ਉਹ ਤੋਤਾ ਕਹਿੰਦਾ ਵੀ ਹਾਂ, ਮੇਰੇ ਵਤਨ ਦੇ ਭਰਾਵਾਂ ਨੂੰ ਕਹੀ ਕਿ ਤੁਹਾਡੇ ਭਰਾ ਨੇ ਸਲਾਮ ਭੇਜੀ ਹੈ, ਤੁਹਾਨੂੰ ਯਾਦ ਰੱਖਿਆ ਹੋਇਆ। ਉਹਨੂੰ ਯਾਦ ਸੀ ਨਾ ਆਪਣੀਆਂ ਜੜ੍ਹਾਂ। ਹੁਣ ਗੱਲ ਕਿਸੇ ਤੋਤੇ ਦੀ ਨਹੀਂ ਹੋ ਰਹੀ, ਗੱਲ ਸਾਡੀ ਹੈ। ਉਹਨੂੰ ਆਪਣੀਆਂ ਜੜ੍ਹਾਂ ਯਾਦ ਸੀ। ਮਾਲਕ ਉਹ ਆਇਆ, ਮਾਲਕ
ਦੂਰ ਦੇਸ਼ ਜਿੱਥੋਂ ਤੋਤਾ ਫੜ ਕੇ ਲੈ ਕੇ ਗਿਆ ਸੀ, ਰੁੱਖਾਂ ਦੇ ਝੁੰਡ ਕੋਲ ਆ ਕੇ ਕਹਿੰਦਾ ਵੀ ਸੱਜਣੋ ਤੁਹਾਡੇ ਜਾਤ ਭਰਾ ਨੇ ਤੁਹਾਨੂੰ ਸਲਾਮ ਭੇਜੀ। ਇੰਨਾ ਸੁਣਨ ਦੀ ਦੇਰ ਸੀ ਕਿ ਜਿੰਨੇ ਪੰਛੀ ਡਾਲੀਆਂ 'ਤੇ ਬੈਠੇ ਸੀ ਨਾ ਤੋਤੇ, ਇੱਦਾਂ ਧਰਤੀ 'ਤੇ ਠਾਹ ਕਰਕੇ ਡਿੱਗ ਗਏ ਕਿ ਜਿਵੇਂ ਸਾਰੇ ਮਰ ਗਏ, ਲਾਸ਼ਾਂ ਵਾਂਗੂ ਡਿੱਗ ਗਏ। ਸੁਦਾਗਰ ਬੜਾ ਹੈਰਾਨ ਹੋਇਆ, ਮਰਿਆਂ ਵਾਂਗੂ ਪੈ ਗਏ। ਉਹ ਵੇਖੀ ਗਿਆ, ਹੈਰਾਨ ਹੋ ਕੇ ਵਾਪਸ ਚਲਿਆ ਗਿਆ। ਅਤੇ ਜਦੋਂ ਆਪਣੇ ਵਤਨ ਪਰਤਿਆ ਅਤੇ ਪਿੰਜਰੇ ਪਏ, ਤੋਤੇ ਨੇ ਕਿਹਾ ਮੇਰਾ ਸੁਨੇਹਾ ਦਿੱਤਾ ਸੀ ਮੇਰੇ ਭਰਾਵਾਂ ਨੂੰ? ਕਹਿੰਦਾ ਜੀ ਹਾਂ। ਕਹਿੰਦੇ ਫਿਰ ਉਹਨਾਂ ਕੀ ਜਵਾਬ ਦਿੱਤਾ? ਕਹਿੰਦਾ ਜਵਾਬ ਕੋਈ ਵੀ ਨਹੀਂ ਦਿੱਤਾ, ਜਦੋਂ ਮੈਂ ਤੇਰੀ ਸਲਾਮ ਕਹੀ ਅਤੇ ਉਹ ਠਾਹ ਕਰਕੇ ਲਾਸ਼ਾਂ ਬਣ ਕੇ ਧਰਤੀ 'ਤੇ ਡਿੱਗੇ ਅਤੇ ਸਾਰੇ ਮਰ ਗਏ। ਇਹ ਸੁਣਨ ਦੀ ਦੇਰ ਸੀ ਕਿ ਜਿਹੜੇ ਪੰਛੀ ਨੇ ਪਿੰਜਰੇ 'ਚ ਪਏ ਨੇ ਸਲਾਮ ਭੇਜੀ ਸੀ ਨਾ, ਉਹ ਵੀ ਠਾਹ ਕਰਕੇ ਡਿੱਗਿਆ ਅਤੇ ਇੱਦਾਂ ਜਿਵੇਂ ਲਾਸ਼ ਪਈ ਹੋ ਗਈ। ਮਾਲਕ ਕਹਿੰਦਾ ਇਹ ਵੀ ਮਰ ਗਿਆ। ਉਹ ਪਿੰਜਰਾ ਖੋਲ੍ਹਦਾ, ਉਹਨੂੰ ਬਾਹਰ ਕੱਢਦਾ ਅਤੇ ਕੁਝ ਉੱਚੇ ਥਾਂ 'ਤੇ ਰੱਖ ਦਿੰਦਾ। ਜਦੋਂ ਉੱਚੇ ਥਾਂ 'ਤੇ ਰੱਖਦਾ ਅਤੇ ਉਹ ਡਾਰੀ ਮਾਰ ਕੇ ਉਹ ਉੱਚੇ ਰੁੱਖ 'ਤੇ ਬਹਿ ਜਾਂਦਾ। ਮਾਲਕ ਕਹਿੰਦਾ ਵੀ ਉੱਡ 'ਤੇ ਤੂੰ ਗਿਆ, ਪਰ ਮੈਨੂੰ ਇਹ ਕਹਾਣੀ ਦੱਸ ਦੇ, ਤੂੰ ਕਹਿਣਾ ਕੀ ਚਾਹੁੰਦਾ ਸੀ? ਇਹ ਕੀ ਸੀ ਸਾਰੀ ਕਹਾਣੀ? ਨੌਜਵਾਨੋ ਧਿਆਨ ਦਿਓ। ਕਹਿੰਦੇ ਕਹਾਣੀ ਕੀ ਸੀ? ਉੱਡ 'ਤੇ ਤੂੰ ਗਿਆ, ਮੇਰੇ ਹੱਥ ਨਹੀਂ ਆਉਂਦਾ ਹੁਣ, ਪਰ ਇਹ ਕਹਾਣੀ ਕੀ ਸੀ? ਕਹਿੰਦਾ ਸੱਜਣਾ, ਮੇਰੀ ਸਲਾਮ ਸੁਣ ਕੇ ਮੇਰੇ ਮਿੱਤਰ ਜਿਹੜੇ ਸਾਥੀ ਸੀ ਉਹ ਮਰੇ ਨਹੀਂ ਸੀ, ਉਹਨਾਂ ਨੇ ਜਵਾਬ ਦਿੱਤਾ ਸੀ। ਉਹ ਜਦੋਂ ਲਾਸ਼ਾਂ ਬਣ ਕੇ ਧਰਤੀ 'ਤੇ ਡਿੱਗੇ, ਉਹਨਾਂ ਨੇ ਸੁਨੇਹਾ ਦਿੱਤਾ ਸੀ ਜੇ ਮਰ ਜਾਈਏ ਤਾਂ ਮੁਕਤ ਹੋ ਜਾਈਦਾ। ਅਤੇ ਜਦੋਂ ਮੈਨੂੰ ਉਹਨਾਂ ਦਾ ਸੁਨੇਹਾ ਮਿਲਿਆ, ਮੈਂ ਉਸੇ ਛਿਨ ਮਰਿਆ, ਅਤੇ ਜਦੋਂ ਮੈਂ ਮਰਿਆ ਉਦੋਂ ਮੈਂ ਮੁਕਤ ਹੋ ਗਿਆ। ਆਹੀ ਸਾਡੇ ਗੁਰੂ ਨੇ ਸਿਖਾਇਆ ਸੀ, ਖੰਡੇ ਦੀ ਧਾਰ ਦੇ ਵਿੱਚੋਂ ਜਦੋਂ ਖਾਲਸੇ ਦਾ ਜਨਮ ਹੋਇਆ, ਕਹਿੰਦੇ ਜਿੱਦਣ ਤੈਨੂੰ ਸਿਰ ਦੇ ਕੇ ਮਰਨਾ ਆ ਗਿਆ ਉਦੋਂ ਤੂੰ ਮੁਕਤ ਹੋ ਗਿਆ। ਸਤਿ ਸ੍ਰੀ ਅਕਾਲ। ਸੁਣੋ ਹੁਣ ਧਿਆਨ ਨਾਲ ਸੁਣਿਓ। ਸਤਿ ਸ੍ਰੀ ਅਕਾਲ। ਹੁਣ ਧਿਆਨ ਨਾਲ ਸੁਣਿਓ, ਆਪਾਂ ਨਿੱਠ ਕੇ ਵੇਖੋ, ਕੋਈ ਕਾਹਲੀ ਨਹੀਂ ਹੈ ਅਤੇ ਨਾ ਹੀ ਮੈਂ ਕਥਾ ਕਰ ਰਿਹਾ, ਮੈਂ ਤਾਂ ਸਿਰਫ ਆਪਣਾ ਦਿਲ ਦੀ ਪਟਾਰੀ ਤੁਹਾਡੇ ਨਾਲ ਖੋਲ੍ਹਣੀ ਚਾਹੁੰਦਾ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੀ ਕਿਹਾ ਸੀ ਜਿੱਦਣ ਖੰਡੇ ਦੀ ਪੌਲ ਦਿੱਤੀ? ਕਿ ਤੁਹਾਡੇ ਸੰਸਕਾਰ ਨਾਸ਼, ਤੁਹਾਡਾ ਜਨਮ ਪਿਛਲਾ ਨਾਸ਼, ਤੁਹਾਡੀ ਜਾਤ ਨਾਸ਼, ਅੱਜ ਤੁਹਾਡਾ ਤੁਸੀਂ ਮਰ ਗਏ ਅਤੇ ਤੁਹਾਡਾ ਨਵਾਂ ਜਨਮ ਹੋਇਆ, ਕਹਿੰਦੇ ਨਾ ਜੀ। ਅਤੇ ਉਦਣ ਕੀ ਕਹਿੰਦੇ? ਸਤਿਗੁਰ ਕਹਿ ਜਨਮੈ, ਜਦੋਂ ਮਰ ਗਏ ਉਦੋਂ ਹੀ ਉਹ ਜਿਹੜੀ ਬਿਪਰਵਾਦ ਦੀ ਅਮਰ ਵੇਲ ਪਈ ਖਾ ਰਹੀ ਹੈ ਉਦੋਂ ਛੁੱਟ ਗਏ। ਇਹਨੂੰ ਕਹਿੰਦੇ ਆ ਸੋਚ ਦੀ ਆਜ਼ਾਦੀ। ਜਿੰਨੀ ਦੇਰ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੇ ਅੱਗੇ ਮਰਿਆ ਨਹੀਂ ਨਾ ਜਾਂਦਾ, ਉਨੀ ਦੇਰ ਤੁਹਾਡੇ ਕੋਲੋਂ ਸੋਚ ਦੀ ਆਜ਼ਾਦੀ ਨਹੀਂ ਲਈ ਜਾਣੀ। ਇਹ ਯਾਦ ਰੱਖਿਓ ਨੌਜਵਾਨ, ਜੇ ਸੋਚ ਦੀ ਆਜ਼ਾਦੀ ਲੈਣੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੀ ਧਾਰ ਉੱਤੇ ਨੱਚਣਾ ਪਏਗਾ। ਪਹਿਲਾਂ ਮਰਨ, ਇਹ ਨਹੀਂ ਹੈ ਵੀ ਸਾਰਿਆਂ ਨੇ ਸਿਰ ਵਢਾਉਣੇ ਆ, ਸਿਰ ਦੇਣਾ ਆ ਸੋਚ ਕਰਕੇ। ਅਤੇ ਜਦੋਂ ਸਿਰ ਦੇ ਦਿੱਤਾ ਨਾ, ਇਹ ਮੰਨ ਲਿਆ, ਕਦੋਂ ਲੱਥੇਗਾ ਸਾਡੇ ਗਲੋਂ ਜੂੜਾ ਜੀ? ਅਸੀਂ ਜੀ ਫਲਾਣਿਆਂ ਦੀ ਬਰਾਦਰੀ 'ਚੋਂ ਹਾਂ, ਸਾਡੀ ਜੀ ਫਲਾਣੀ ਬਰਾਦਰੀ ਹੈ, ਅਜੇ ਤੂੰ ਮਰਿਆ ਹੀ ਨਹੀਂ, ਅਜੇ ਤਾਂ ਤਾਈਓ ਤਾਂ ਗੁਲਾਮੀ 'ਚ ਪਿਆ ਹੋਇਆ, ਸੋਚ ਦੀ ਗੁਲਾਮੀ 'ਚ, ਅਜੇ ਤਾਂ ਤੂੰ, ਤੈਨੂੰ ਉਹੀ ਚੇਤੇ ਆ ਜੋ ਬਿੱਪਰ ਨੇ ਤੈਨੂੰ ਦਿੱਤਾ ਸੀ, ਅਜੇ ਤਾਂ ਤੈਨੂੰ ਬਿੱਪਰ ਵਾਲਾ ਚੇਤੇ ਆ। ਗੁਰੂ ਗੋਬਿੰਦ ਸਿੰਘ ਜੀ ਨੇ, ਮੈਂ ਅੰਮ੍ਰਿਤ ਵੇਲੇ ਵੀ ਗੱਲ ਕਰ ਰਿਹਾ ਸੀ ਫਤਿਹਗੜ੍ਹ ਸਾਹਿਬ, ਤੁਹਾਡੇ ਧੀਆਂ ਪੁੱਤਰਾਂ ਦਾ ਅੱਧਾ ਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਭੈਣੋ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਵਾਰਸੋ, ਚਾਰ ਪੁੱਤਰ ਹਜ਼ੂਰ ਦੇ 1699 ਦੀ ਵਿਸਾਖੀ ਤੋਂ ਪਹਿਲਾਂ
ਚਾਰੇ ਪੁੱਤਰ ਪ੍ਰਗਟ ਹੋ ਚੁੱਕੇ, ਜਨਮ ਲੈ ਚੁੱਕੇ ਆ, ਤੇ ਜਨਮ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਨਾਮ ਦੇ ਨਾਲ ਸਿੰਘ ਲਾ ਦਿੱਤਾ ਸੀ। ਜਦ ਕਿ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਆਪਣੇ ਨਾਂ ਨਾਲ ਗੋਬਿੰਦ ਰਾਏ ਸੀ, ਉਹਨਾਂ ਨੇ ਪੁੱਤਾਂ ਦੇ ਨਾਂ ਨਾਲ ਪਹਿਲਾਂ ਸਿੰਘ ਲਾ ਦਿੱਤਾ। ਉਹਨਾਂ ਨੂੰ ਪਤਾ ਇਹਨਾਂ ਨੂੰ ਸਿੰਘ ਸਜਾਉਣਾ, ਤੇ ਨਾਲ ਉਹਨਾਂ ਨੇ ਆ ਆਪਣੇ ਪੁੱਤਾਂ ਨੂੰ ਵੀ ਇੱਕ ਲਕਬ ਦਿੱਤਾ ਸਿੰਘ। ਅੱਧਾ ਨਾਂ ਤੁਹਾਡੀ ਧੀ ਤੇ ਪੁੱਤ ਦਾ ਕਿਹਨੇ ਰੱਖਿਆ? ਕੌਰ ਤੇ ਸਿੰਘ, ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਨਾਂ ਨਹੀਂ ਪਸੰਦ, ਨਹੀਂ ਤੇ 90% ਵਿਆਹ ਦੇ ਕਾਰਡ ਫੜ ਕੇ ਵੇਖ ਲਿਓ ਕੀ ਪਸੰਦ ਹੈ, ਜਿਹੜੀ ਸਾਨੂੰ ਬਰਾਦਰੀ ਜਾਤ ਵਿਪਰ ਨੇ ਦਿੱਤੀ ਸੀ। ਸੋਚ ਆਜ਼ਾਦ ਹੈ ਕਿ ਗੁਲਾਮ ਹੈ? ਅਸੀਂ ਵਿਪਰ ਵਾਲੇ ਪਾਸਿਓਂ ਮਰੇ ਹੀ ਨਹੀਂ ਅਜੇ, ਪਹਿਲਾਂ ਮਰਨ ਕਬੂਲ। ਉਸ ਪੰਛੀ ਨੂੰ ਸਮਝ ਆ ਗਈ ਹੋਏਗੀ, ਸਾਨੂੰ ਸਮਝ ਕਦੋਂ ਆਏਗੀ? ਅੱਧਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੇਣਾ, ਗੁਰੂ ਦਾ ਹੁਕਮ ਲੈ ਕੇ ਅੱਧਾ ਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ, ਤੇ ਨਾ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰਿਹਾ ਸਾਡੇ ਕੋਲ, ਤੇ ਨਾ ਗੁਰੂ ਗੋਬਿੰਦ ਸਿੰਘ ਜੀ ਵਾਲਾ ਰਿਹਾ। ਮਾਫ਼ੀ ਮੰਗ ਕੇ ਕਹਿੰਦਾ, ਪਤਾ ਹੀ ਨਹੀਂ ਲੱਗਦਾ ਕਿ ਘਰ ਦੇ ਵਿੱਚ ਕਤੂਰਿਆਂ ਦਾ ਨਾਂ ਲਿਆ ਜਾ ਰਿਹਾ ਕਿ ਬੱਚਿਆਂ ਦਾ ਨਾਂ ਲਿਆ ਜਾ ਰਿਹਾ। ਔਰ ਮੈਂ ਤੇ ਚਿੱਟੀਆਂ ਦਾੜੀਆਂ ਵਾਲੇ, ਧਾਰਮਿਕ ਸੇਵਾਵਾਂ ਨਿਭਾਉਣ ਵਾਲੇ, ਪਤਾ ਨਹੀਂ ਲੱਗਦਾ T2 B2 ਸ਼ੰਟੀ ਪੰਟੀ ਕਿਹੜਾ ਕਿਹੜਾ। ਮਾਫ਼ ਕਰਿਓ ਸਾਧ ਸੰਗਤ, ਵਾਪਸ ਆਈਏ। ਗਰਜਾ ਸਿੰਘ, ਕਿੱਕਰ ਸਿੰਘ, ਪਹਾੜਾ ਸਿੰਘ, ਕਿੱਦਾਂ ਦੇ ਨਾਂ ਸੀ ਜੀ? ਨਾਂ ਸੁਣ ਕੇ ਦੁਸ਼ਮਣ ਦਹਿਲ ਜਾਂਦਾ ਸੀ, ਸੋਚ ਦੀ ਆਜ਼ਾਦੀ ਸੀ ਉੱਥੇ। ਅਸੀਂ ਆਪਣਾ ਕਲਚਰ ਛੱਡਦੇ ਤੁਰੇ ਗਏ, ਤੇ ਅਸੀਂ ਬੜੇ ਮਾਡਰਨ ਹੋ ਗਏ, ਬੜੇ ਲਚਕੀਲੇ ਜੇ ਜਿੱਥੇ ਗਏ। ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਸਮਾਜ ਦਾ ਵਿਰੋਧ ਕਰਨਾ, ਲੜਨਾ ਲੋਕਾਂ ਨਾਲ, ਨਹੀਂ। ਜਿੱਦਣ ਹਸਤੀ ਤੇ ਹੋਂਦ ਮਿਟਾ ਕੇ ਅਸੀਂ ਜੂਣਾ ਸ਼ੁਰੂ ਕਰ ਦਿੱਤਾ ਨਾ, ਉਦਣ ਸਾਡੀ ਸੋਚ ਦੀ ਆਜ਼ਾਦੀ ਖਤਮ ਹੋ ਜਾਣੀ। ਮਰਤਾ ਮਰਤਾ ਜੱਗ ਮੂਆ, ਮਰ ਵੀ ਨਾ ਜਾਣਿਆ। ਹੁਣ ਉਹ ਮਰਨ ਦੀ ਗੱਲ ਨਹੀਂ ਜਿਹੜਾ ਸਾਰਾ ਮਰ ਰਿਹਾ, ਆਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਮਰਨਾ ਸਿਖਾਇਆ। ਜਿੱਦਣ ਅਸੀਂ ਇਹ ਮਰਨਾ ਸਿੱਖ ਲਿਆ ਨਾ, ਪਿਛਲਾ ਨਾਸ ਤੇ ਅੱਜ ਜਨਮ ਕਿੱਥੋਂ ਹੋਏਗਾ? ਖੰਡੇ ਦੀ ਪਹੁਲ ਛੱਕ ਕੇ ਜਿਹੜੇ ਭਾਈ ਸਾਹਿਬ ਹੋਕਾ ਦੇ ਰਹੇ ਸੀ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ, ਫਿਰ ਅੱਜ ਜਨਮ ਕਿੱਥੇ ਹੋਏਗਾ? ਗੁਰੂ ਗੋਬਿੰਦ ਸਿੰਘ ਜੀ ਦੇ ਘਰ। ਤੇ ਸਾਨੂੰ ਫਿਰ ਹੁਕਮ ਦਿੱਤਾ ਵੀ ਸਤਿਗੁਰ ਕਹਿ ਜਨਮ ਹੈ, ਫਿਰ ਮਰਨਾ ਹੀ ਨਹੀਂ ਪੈਂਦਾ। ਆਵਾਗਾਉਣ ਹੀ ਮੁੱਕ ਗਿਆ, ਐਸਾ ਮਰੋ ਜਿਤ ਬਹੁਰ ਨਾ ਮਰਨਾ। ਉਹ ਪੰਛੀਆਂ ਨੂੰ ਸੁਨੇਹਾ ਮਿਲਿਆ ਵੀ ਮਰੀਏ ਤੇ ਛੁੱਟ ਜਾਈਦਾ, ਜੇ ਛੁੱਟਣਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਅੱਗੇ ਮਰਨਾ ਸਿੱਖ ਲਓ, ਵਿਪਰਵਾਦ ਛੁੱਟ ਜਾਏਗਾ। ਉਹ ਮੰਨੋ ਜੋ ਪੰਜ ਪਿਆਰੇ ਸਾਹਿਬਾਨਾਂ ਨੇ ਗੁਰਮਤ ਦੀ ਗੁਰੂ ਦੀ ਲੋਅ ਵਿੱਚ ਕਿਹਾ, ਇੰਨਾ ਹੀ ਕਮਾ ਲਾਵਾਂਗੇ ਨਾ ਤੇ ਤੁਸੀਂ ਖੇਤੀ ਕਰਦੇ, ਦੁਕਾਨਾਂ ਕਰਦੇ ਬ੍ਰਹਮ ਗਿਆਨੀ ਬਣ ਜਾਓਗੇ, ਹੋਰ ਕਿਤੋਂ ਪੁੱਛਣ ਜਾਣ ਦੀ ਲੋੜ ਹੀ ਨਹੀਂ। ਅਸੀਂ ਜਿੰਨੀ ਗੁਲਾਮੀ ਸਿਰ 'ਚ ਪਾ ਲਈ, ਉਹ ਸਿੱਖਾਂ 'ਚ ਬੈਠੇ ਬਾਬੇ ਵੇਖ ਰਹੇ, ਉਹ ਕਹਿੰਦੇ ਅਸੀਂ ਸਿੱਖਾਂ 'ਚ ਬਹਿ ਕੇ ਗੁਲਾਮ ਨਹੀਂ ਸੀ, ਅਸੀਂ ਇਹ ਕਾਲ ਕੋ ਇੱਦਾਂ ਹੀ ਸਦੀਆਂ ਫੜ ਸਦੀਆਂ ਸਲਾਖਾਂ ਫੜ ਕੇ ਬਾਹਰ ਝਾਕ ਰਹੇ। ਬਾਬਾ ਫਤਿਹ ਸਿੰਘ ਅੱਜ ਵੀ ਜਿੱਦਾਂ ਉਦਣ ਝਾਕਦੇ ਸੀ, ਤੇ ਉਹ ਸਾਨੀਆਂ ਅੱਖਾਂ 'ਚ ਅੱਖਾਂ ਪਾ ਕੇ ਪੁੱਛ ਰਹੇ ਆ ਕਿ ਅਸੀਂ ਇਹ ਕਾਲ ਕੋਠੜੀਆਂ 'ਚ ਪਏ ਗੁਲਾਮ ਨਹੀਂ ਸੀ, ਤੁਸੀਂ ਖੁੱਲ੍ਹੀ ਫਿਜ਼ਾ ਦੇ ਵਿੱਚ ਅੱਜ ਜੇਨ ਦੀ ਗੁਲਾਮੀ ਚੁੱਕੀ ਫਿਰਦੇ ਹੋ। ਕਿਹੜੇ ਨਾਰੇ ਲਾਈ ਜਾਂਦੇ ਆ, ਕਿਹੜੇ ਜਕਾਰੇ ਲਾਈ ਜਾਂਦੇ ਆ ਸਾਧ ਸੰਗਤ, ਸਾਰਾ ਕੁਝ ਸਾਡਾ ਮਲੀਆ ਮੇਟ ਕੀਤਾ ਜਾ ਰਿਹਾ ਇਤਿਹਾਸ ਦੇ ਰੂਪ ਵਿੱਚ, ਸਿਧਾਂਤ ਦੇ ਰੂਪ ਦੇ ਵਿੱਚ। ਗੁਰੂ ਦੀ ਅਮਾਨਤ ਸਿਰ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਪੈਰਾਂ 'ਚ ਰੱਖ ਕੇ ਇਸ ਗੁਰੂ ਦੇ ਸੀ, ਇਹ ਅਮਾਨਤ ਤੇ ਗੁਰੂ ਦੀ ਹੈ ਨਾ ਜੀ, ਸਿੱਖ ਦੀ, ਨਿਰਾਦਰ ਨਹੀਂ ਕਰ ਰਹੇ। ਪੁੱਛਣਗੇ ਹਿਸਾਬ ਉਹਨਾਂ ਦੀਆਂ ਸਲਾਖਾਂ ਕੋਲ, ਇਸੇ ਲਈ ਪੰਥ ਬੈਠਾ। ਜਿਹੜੇ ਤੁਸੀਂ ਘਰਾਂ 'ਚ ਵੀ ਬੈਠੇ ਹੋ ਨਾ, ਵਿਦੇਸ਼ਾਂ 'ਚ ਜਾਂ ਇਸ ਧਰਤੀ ਦੇ ਉੱਤੇ ਜਿੱਥੇ ਵੀ,
ਭਾਈ ਸਵਾਲ ਤੇ ਤੁਹਾਨੂੰ ਵੀ ਕਰ ਰਿਹਾ ਵੀ ਉਹ ਭਾਈ ਅਸੀਂ ਜ਼ਿੰਦਗੀ ਕੁਰਬਾਨ ਕੀਤੀ ਵੀ ਤੁਹਾਡੀ ਸੋਚ ਗੁਲਾਮ ਨਾ ਹੋਵੇ, ਤੁਹਾਡੇ ਵਾਸਤੇ ਪੈੜਾਂ ਪਾਉਣ ਲਈ ਤੁਹਾਡਾ ਨਿਸ਼ਚਾ ਕਿੱਥੇ ਜੇ ਖੜਾ? ਅਸੀਂ ਤੇ ਮੌਤ ਦੇ ਸਾਹਮਣੇ ਵਿਚਾਰ ਨਹੀਂ ਬਦਲੀ, ਤੁਸੀਂ ਸਿਰ ਪੀੜ ਹੋਏ ਤੇ ਝਾੜਾ ਫਾਂਡਾ ਕਰਾਉਣ ਤੁਰ ਪੈਂਦੇ ਹੋ, ਹੈ ਨਾ? ਉਹਨਾਂ ਦੇ ਸਿਰ ਕੱਟੇ ਜਾਣੇ ਆ, ਉਹਨਾਂ ਦੇ ਸਿਰਾਂ ਤੇ ਆਰੀਆਂ ਚੱਲ ਗਈਆਂ, ਚੀਰੇ ਜਾਣੇ ਆ, ਕੀ ਕਰੀਏ ਭਾਈ ਸਾਹਿਬ ਜੀ? ਮੈਂ ਤੇ ਚੁੰਨੀ ਬੰਨ ਕੇ ਰੱਖਦੀ ਸੀ, ਸਿਰ ਪੀੜ ਨਹੀਂ ਸੀ ਹਟਦੀ, ਫਲਾਣੇ ਬਾਬੇ ਕੋਲ ਗਈ। ਸੋਚ ਦੀ ਗੁਲਾਮੀ ਤੋਂ ਮੁਕਤ ਹੋ ਜਾਓ ਗੁਰਮੁਖੋ। ਜੇ ਸੋਚ ਦੀ ਗੁਲਾਮੀ ਤੋਂ ਮੁਕਤ ਨਾ ਹੋਏ ਤੇ ਮੈਂ ਗੁਰੂ ਦੀ ਹਜ਼ੂਰੀ 'ਚ ਇੱਥੇ ਬਹਿ ਕੇ ਕਹਿੰਦਾ ਵੀ ਇੱਕ ਵਾਰੀ ਕੀ ਸਾਰੀ ਦੁਨੀਆਂ ਨੂੰ ਖਾਲਿਸਤਾਨ ਬਣਾ ਲਓ, ਤੁਸੀਂ ਆਜ਼ਾਦ ਨਹੀਂ ਹੋਣਾ, ਆਜ਼ਾਦ ਨਹੀਂ ਹੋਣਾ। ਸਿਰਫ ਉਸੇ ਤਰ੍ਹਾਂ ਜਿਵੇਂ ਦੁਨੀਆਂ ਰਾਜ ਤੋਂ ਲੜੀ ਜਾਂਦੀ ਹੈ, ਫਿਰ ਲੜੀ ਜਾਇਓ ਤੁਸੀਂ। ਸੋਚ ਦੀ ਆਜ਼ਾਦੀ ਜਿਹੜੀ ਗੁਰੂ ਦੇ ਕੋਲੋਂ ਰਹਿਤ ਲੈ ਕੇ, ਗੁਰੂ ਦੀ ਬਾਣੀ 'ਚੋਂ ਵਿਚਾਰ ਲੈ ਕੇ, ਅਤੇ ਅੱਜ ਕੁਹਾੜਾ ਸਿੱਖ 'ਤੇ ਨਹੀਂ ਚੱਲਣਾ, ਸਿੱਖੀ 'ਤੇ ਚੱਲਣਾ ਹੈ, ਸਰੀਰ 'ਤੇ ਨਹੀਂ ਚੱਲਣਾ, ਸੋਚ 'ਤੇ ਚੱਲ ਰਿਹਾ। ਸਾਧ ਸੰਗਤ ਜੀ, ਕਿੱਡੇ ਵਿਉਂਤਬੱਧ ਤਰੀਕੇ ਨਾਲ ਮੇਰੇ ਵਰਗਾ ਬੰਦਾ ਇੱਦਾਂ ਦਾੜਾ ਰੱਖ ਕੇ ਇੱਦਾਂ ਬੈਠਾ ਹੋਏਗਾ, ਇਸੇ ਸਟੇਜ ਦੇ ਉੱਤੇ ਮੈਂ ਬੈਠਾ ਹੋਵਾਂਗਾ, ਅਤੇ ਜਿੱਦਣ ਅੰਦਰੋਂ ਜ਼ਮੀਰ ਵਿਕ ਗਈ ਉੱਦਣ ਇਹ ਬੋਲ ਖੰਡ 'ਚ ਲਪੇਟਿਆ ਜ਼ਹਿਰ ਬਣ ਜਾਣੇ ਆ, ਅਤੇ ਤੁਸੀਂ ਕਹਿਣਾ ਕੱਲ੍ਹ ਵਾਲਾ ਹੀ ਹਰਪਾਲ ਸਿੰਘ ਹੈ। ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਕਸੌਟੀ 'ਤੇ ਪਰਖੋ ਇੱਕ ਇੱਕ ਬੋਲ ਨੂੰ, ਨਹੀਂ ਤਾਂ ਜਾਲ ਵਿਛਿਆ ਹੋਇਆ ਜਿਹੜੇ ਬੜੇ ਬੜੇ ਤੁਰੇ ਫਿਰਦੇ ਆ ਨਾ, ਉਸ ਜਾਲ 'ਚ ਭਾਵੇਂ ਉਹ ਨਸ਼ਿਆਂ ਦੇ ਰੂਪ 'ਚ ਜਾਲ ਹੈ, ਭਾਵੇਂ ਉਹ ਸੋਚ ਦੇ ਰੂਪ 'ਚ ਜਾਲ ਹੈ, ਨਾ ਫਿਰ ਸਰੀਰ ਰਹਿਣਾ ਅਤੇ ਨਾ ਜ਼ਮੀਰ ਰਹਿਣੀ ਹੈ ਸਾਧ ਸੰਗਤ। ਜਿੱਦਣ ਵਿਚਾਰ ਪ੍ਰਬਲ ਹੈ, ਇਹ ਸਲਾਖਾਂ ਕਹਿ ਰਹੀਆਂ, ਸਲਾਖਾਂ ਦੇ ਅੰਦਰ ਬੈਠੇ ਬਾਬੇ ਕਹਿ ਰਹੇ ਨੇ, ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਮਾਛੀ ਵਾੜੇ, ਅੱਜ ਦੀ ਰਾਤ ਨਬੀ ਖਾਂ ਗਨੀ ਖਾਂ ਕੋਲ, ਮਾਤਾ ਹਰਦਈ ਦੇ ਕੋਲ, ਅਤੇ ਮਾਂ ਗੁਜਰੀ ਜੀ ਇੱਥੇ ਬੈਠ ਕੇ ਐਵੇਂ ਨਹੀਂ ਸੀ ਬੈਠੇ ਕਾਲ ਕੋਠੜੀ 'ਚ, ਕਾਲ ਕੋਠੜੀ 'ਚ ਹਨੇਰਾ ਸੀ, ਪਰ ਉਹ ਹਨੇਰੇ 'ਚ ਬੈਠ ਕੇ ਕੌਮ ਦਾ ਭਵਿੱਖ ਉੱਜਲ ਕਰ ਰਹੇ ਸੀ, ਹਨੇਰੇ 'ਚ ਵੀ ਚਾਨਣ ਦੀ ਮਿਸਾਲ ਜਗਾ ਰਹੇ ਸਨ। ਐ ਨਾ ਸਮਝੋ ਕਹਾਣੀ ਨਹੀਂ ਹੈ ਸਾਧ ਸੰਗਤ ਜੀ, ਉਸ ਮਿਸਾਲ ਨੂੰ ਤੂਫਾਨਾਂ ਤੋਂ ਖਤਰਾ ਨਹੀਂ ਮੇਰੇ ਨੌਜਵਾਨ ਵੀਰਾ, ਉਹ ਮਿਸਾਲ ਅਸੀਂ ਫੂਕਾਂ ਮਾਰ ਮਾਰ ਕੇ ਨਾ ਬੁਝਾ ਦਈਏ ਜੇ ਅਸੀਂ ਫਰਜ਼ਾਂ ਤੋਂ ਵੇਸਲੇ ਹੋ ਗਏ। ਤੂਫਾਨਾਂ ਨੇ ਨਹੀਂ ਬੁਝਾਈ ਉਹ ਮਿਸਾਲ, ਨਾ ਹੀ ਬੁਝਾ ਸਕਦੇ ਆ ਜਿਹੜੀ ਇਸ ਹਨੇਰੀ ਕੋਠੜੀ 'ਚ ਬੈਠ ਕੇ ਚਾਨਣ ਦੀ ਮਿਸਾਲ ਜਗਾਈ। ਪਰ ਬਾਬਾ ਫਤਿਹ ਸਿੰਘ ਰਾਤ ਨੂੰ ਸੌਣ ਲੱਗਿਆਂ ਸੋਚੀ, ਤੈਨੂੰ ਪੁੱਛਣਗੇ ਜ਼ਰੂਰ ਕਿ ਮੈਂ ਕਾਹਦੇ ਵਾਸਤੇ ਕੁਰਬਾਨੀ ਦਿੱਤੀ ਸੀ ਮੇਰੇ ਵੀਰਾ, ਤੂੰ ਕਿਹੜੇ ਰਾਹ ਤੁਰ ਪਿਆ। ਨੌਜਵਾਨੋ, ਇਹ ਜ਼ਹਿਰ ਦਾ ਹੜ ਐਵੇਂ ਨਹੀਂ ਆ ਗਿਆ, ਇਹ ਤੁਹਾਡੇ ਵਾਸਤੇ ਆਇਆ। ਜੰਗ ਲੜੋ, ਜੰਗ ਲੜੋ, ਸੁਚੇਤ ਹੋ ਕੇ, ਚੇਤਨ ਹੋ ਕੇ, ਜਾਗਰੂਕ ਹੋ ਕੇ, ਕਿਸੇ ਨੂੰ ਮਾਰ ਕੇ ਨਹੀਂ, ਆਪਣੀਆਂ ਜ਼ਿੰਦਗੀਆਂ ਬਚਾ ਕੇ। ਜੰਗ ਦਾ ਮਤਲਬ ਸਿਰਫ ਕਿਸੇ ਨੂੰ ਮਾਰਨਾ ਨਹੀਂ ਹੁੰਦਾ, ਜੰਗ ਦਾ ਮਤਲਬ ਆਪਣੀ ਜ਼ਿੰਦਗੀ ਬਚਾਉਣਾ ਵੀ ਹੁੰਦਾ। ਅਤੇ ਜਿੱਦਣ ਤੁਸੀਂ ਜਾਗ ਪਏ ਫਿਰ ਕੋਈ ਸਲਾਖਾਂ ਨਹੀਂ ਰੋਕ ਸਕਣਗੀਆਂ ਜੀ। ਪਰਚਮ ਝੁੱਲੇ ਨਾ, ਇਹ ਸਲਾਖਾਂ ਨੇ ਰੋਕਣ ਦਾ ਯਤਨ ਕੀਤਾ, ਕੰਧਾਂ 'ਚ ਕਹਿੰਦੇ ਦਫ਼ਨ ਕਰ ਦਿਓ ਦਫ਼ਨ, ਆਵਾਜ਼ ਬੰਦ ਹੋ ਜੇ ਸਾਡੇ ਕੰਨਾਂ ਕੋਲੋਂ, ਕਹਿੰਦੇ ਸਾਡੇ ਕੰਨਾਂ ਕੋਲੋਂ ਇਹਨਾਂ ਦੀ ਆਵਾਜ਼ ਸੁਣੀ ਨਹੀਂ ਜਾਂਦੀ, ਇਸ ਆਵਾਜ਼ ਨੂੰ ਬਾਹਰ ਨਾ ਨਿਕਲ ਦਿਓ, ਨੀਹਾਂ 'ਚ ਦਫ਼ਨ ਕਰ ਦਿਓ। ਪਰ ਉਹ ਸੱਚ ਦੀ ਆਵਾਜ਼ ਵਿੱਚ ਇੰਨੀ ਸ਼ਕਤੀ ਸੀ ਕਿ 5 ਵਰ੍ਹਿਆਂ ਦੇ ਸਮੇਂ ਦੇ ਬਾਅਦ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕਰਤਾ।
ਸਤਿ ਸ੍ਰੀ ਅਕਾਲ, ਤੁਸੀਂ ਜਾਗਿਓ, ਸਤਿ ਸ੍ਰੀ ਅਕਾਲ, ਤੁਸੀਂ ਸੁਚੇਤ ਹੋਇਓ, ਇਹ ਸਲਾਖਾਂ ਨਾ ਵਿਸਰਨ ਕੌਮ ਨੂੰ, ਸਲਾਖਾਂ ਦੇ ਅੰਦਰ ਬੈਠੇ ਬਾਬੇ ਨਾ ਵਿਸਰਨ, ਉਹਨਾਂ ਦਾ ਨਿਸ਼ਾਨਾ ਨਾ ਵਿਸਰੇ, ਮਾਂ ਗੁਜਰੀ ਵਾਲੀ ਸਿੱਖਿਆ ਨਾ ਵਿਸਰੇ, ਭਵਿੱਖ ਦਾ ਕੋਈ ਖਤਰਾ ਨਹੀਂ ਸਾਧ ਸੰਗਤ, ਬਹੁਤ ਚੜ੍ਹਦੀ ਕਲਾ ਵਾਲਾ ਭਵਿੱਖ ਹੋਏਗਾ। ਇਸ ਤੋਂ ਅਗਲੇ ਪੜਾਅ ਦੀ ਵਿੱਥਿਆ, ਕੱਲ੍ਹ ਨੂੰ ਠੰਡੇ ਬੁਰਜ ਦੀ ਸਰਦਲ 'ਤੇ ਬੈਠਾਂਗੇ, ਜ਼ਰੂਰ ਆਇਓ। ਵਿਦੇਸ਼ੀ ਵਾਸਤੇ ਸਿੱਖਾਂ ਨੂੰ ਬੇਨਤੀ ਖਾਸ ਕਰਕੇ ਕਿ 25 ਦਸੰਬਰ ਡੁੱਲੇ ਲਹੂ ਦੀ ਵੰਗਾਰ ਤੁਹਾਡੇ ਵਾਸਤੇ, ਡੁੱਲੇ ਲਹੂ ਦੀ ਵੰਗਾਰ ਅਨੈਲਸਜ ਕਰੋ, ਸਾਡਾ ਵਿਰਸਾ ਸਾਡਾ, ਆਹ ਜਿਹੜਾ ਬੋਰਡ ਲੱਗਿਆ ਹੋਇਆ ਲੇਖਾ ਕਰਨਾ ਕੱਲ੍ਹ ਤੁਸੀਂ, ਕੱਲ੍ਹ ਬੈਠਾਂਗੇ ਠੰਡੇ ਬੁਰਜ, ਅਗਲੀਆਂ ਬਾਤਾਂ ਸਾਂਝੀਆਂ ਕਰੀਏ। ਭੁੱਲਾਂ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।